ਮੂੰਹੋਂ ਕੌੜੀਆਂ ਫਿੱਕੀਆਂ ਕੱਢ ਕੇ ਤੇ ਕਾਹਨੂੰ ਨੌਹਾਂ ਤੋਂ ਮਾਸ ਉਖੇੜਦੇ ਹੋ। ਮੂੰਹੋਂ ਕੌੜੀਆਂ ਫਿੱਕੀਆਂ ਕੱਢ ਕਾਹਨੂੰ ਨੌਹਾਂ ਤੋਂ ਮਾਸ ਅਖੇੜਦੇ ਹੋ। ਗੱਡੇ ਹੋਏ ਮੁਰਦਾਰ ਉਖਾੜ ਕਾਹਨੂੰ ਹੱਥ ਲਹੂ ਦੇ ਨਾਲ ਲਬੇੜਦੇ ਹੋ। ਰਾਈ ਲੱਭ ਪਹਾੜ ਬਣਾ ਸੁੱਟੋ ਕਾਹਨੂੰ ਨਕਾਰੀਆਂ ਹਰਕਤਾਂ ਛੇੜਦੇ ਹੋ। ਇੱਕ ਕੌਮ ਹੁੰਦੀ ਕਰਾਮਾਤ ਭਾਰੀ ਕਾਹਨੂੰ ਤੋਪੇ ਪ੍ਰੇਮ ਦੇ ਉਧੇੜਦੇ ਹੋ। ਕਾਹਨੂੰ ਤੋਪੇ ਪ੍ਰੇਮ ਦੇ ਉਧੇੜਦੇ ਹੋ। ਮੈਂ ਹਾਜ਼ਰ ਹਾਂ ਜੀ ਜਗਤਾਰ ਜੱਗੀ ਅੱਜ ਦਾ ਲਾਈਵ ਪ੍ਰੋਗਰਾਮ ਲੈ ਕੇ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਕਰਾਂਗੇ। ਅੱਜ ਵੀ ਗੱਲਾਂ ਬਾਤਾਂ ਆਪਣੇ ਪਰਿਵਾਰਕ ਰਿਸ਼ਤਿਆਂ ਦੀਆਂ, ਸਮਾਜ ਦੀਆਂ, ਰੀਤੀ ਰਿਵਾਜ਼ਾਂ ਦੀਆਂ ਅਤੇ ਪੰਜਾਬੀਆਂ ਦੀਆਂ ਪੰਜਾਬੀ ਦੇ ਵਿੱਚ। ਉਦੋਂ ਪਹਿਲਾਂ ਇੱਕ ਤਾਜ਼ੀ ਤਾਜ਼ੀ ਖਬਰ ਜੀ ਮੇਰੇ ਕੰਨੀ ਪਈ ਸੀ, ਚਲੋ ਤੁਹਾਡੇ ਨਾਲ ਵੀ ਸਾਂਝੀ ਕਰ ਲੈਂਦੇ ਹਾਂ। ਦਿੱਲੀ ਦੇ ਵਿੱਚ ਇਲੈਕਸ਼ਨ ਦਾ ਬੜਾ ਜ਼ੋਰ ਚੱਲਦਾ ਅਤੇ ਬੀਜੇਪੀ ਵਾਲੇ ਪੁਰਾਣੇ ਸਕੂਲ ਜਿਹੜੇ ਬੰਦ ਪਏ ਨੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਵੀਡੀਓ ਬਣਾ ਬਣਾ ਕੇ ਉਹ ਪਾਈ ਜਾਂਦੇ ਨੇ, ਟਵੀਟ ਕਰੀ ਜਾਂਦੇ ਨੇ ਵੀ ਆਹ ਸਕੂਲਾਂ ਦਾ ਹਾਲ ਦੇਖ ਲਓ, ਹਾਲ ਦੇਖ ਲਓ, ਹਾਲ ਦੇਖ ਲਓ ਪੁਰਾਣੇ ਸਕੂਲਾਂ ਦੀਆਂ, ਅਤੇ ਉਹਦਾ ਲੋਕਾਂ 'ਤੇ ਕਿੰਨਾ ਕੁ ਅਸਰ ਹੁੰਦਾ ਵੀ ਕੀ ਹਾਲ ਲੋਕ ਉਹਨੂੰ ਦੇਖਦੇ ਨੇ ਨਹੀਂ ਦੇਖਦੇ, ਇਹ ਪਤਾ ਲੱਗੂਗਾ ਹੁਣ 8 ਤਰੀਕ ਨੂੰ, ਜਾਣੀ ਕਿ ਸਹੀ ਤਾਂ 11 ਨੂੰ ਪਤਾ ਲੱਗਣਾ। ਪਰ ਇਹ ਕੋਸ਼ਿਸ਼ ਜਿਹੜੀ ਰਾਜਨੀਤੀ ਦੇ ਵਿੱਚ ਹੁੰਦੀ ਹੈ ਉਹ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਦਿੱਲੀ ਦੀ ਪੁਲਿਸ ਜਿਹੜੀ ਹੈ ਉਹ ਸੈਂਟਰ ਗੌਰਮੈਂਟ ਦੇ ਅੰਡਰ ਆਉਂਦੀ ਆ। ਉਹਦਾ ਕਰਕੇ ਇੱਕ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਇਹ ਕਰਨੀ ਸੀ ਵੀ ਇੱਕ 3-ਵੀਲਰ ਵਾਲਾ ਵਿਚਾਰਾ ਆਪਣੇ ਪਿਆਰ ਨਾਲ ਲਿਖਿਆ, ਉਹਨੇ ਪਿੱਛੇ ਜਾਂ ਕੀ ਲਿਖਿਆ, ਉਹਨੇ ਆਪਦੇ ਆਟੋ ਰਿਕਸ਼ਾ ਦੇ ਪਿੱਛੇ ਲਿਖਤਾ ਵੀ ਆਈ ਲਵ ਕੇਜਰੀਵਾਲ। ਆਮ ਹੁੰਦਾ ਅਕਸਰ ਲਿਖ ਲੈਂਦੇ ਨੇ ਜਿਹੜਾ ਕੋਈ ਕਿਸੇ ਪਾਰਟੀ ਨੂੰ ਸੰਬੰਧਿਤ ਹੁੰਦਾ, ਤੱਕੜੀ ਵੀ ਲੋਕ ਲਾ ਕੇ ਫਿਰਦੇ ਨੇ ਗੱਡੀਆਂ ਦੇ ਉੱਤੇ ਅਤੇ ਪੰਜਾਬੀ ਲਾ ਕੇ ਫਿਰਦੇ ਨੇ, ਅਤੇ ਇਹ ਉਹਨੇ ਇਹ ਲਿਖਿਆ, ਆਮ ਬੰਦੇ ਨੇ ਲਿਖਿਆ ਵੀ ਆਈ ਲਵ ਕੇਜਰੀਵਾਲ, ਅਤੇ ਉਹਦਾ ਵਿਚਾਰੇ ਦਾ 10,000 ਰੁਪਈਏ ਦਾ ਚਲਾਨ ਕਰਤਾ। ਲਓ ਜੀ, ਇਹ ਹੈ ਸਾਡੇ ਹਿੰਦੁਸਤਾਨ ਦੀ ਰਾਜਨੀਤੀ, ਇਹ ਹੈ ਸਾਡੇ ਹਿੰਦੁਸਤਾਨ ਦੀ ਗੰਦੀ ਰਾਜਨੀਤੀ। ਚਲੋ ਖੈਰ, ਆਪਾਂ ਗੱਲਬਾਤ ਕਰਦੇ ਹਾਂ, ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ ਅਤੇ ਜਿਹਦੇ ਵਿੱਚ ਕੋਸ਼ਿਸ਼ ਕਰੀ ਦੀ ਹੈ ਤੁਹਾਡੇ 2-4 ਸਵਾਲ ਲੈ ਕੇ ਉਹਨਾਂ ਬਾਰੇ ਗੱਲਬਾਤ ਕਰਨ ਦੀ ਨਾਲ ਦੀ ਨਾਲ, ਅਤੇ ਨਾਲ ਦੀ ਨਾਲ ਜਿਹੜਾ ਕੋਈ ਨਾ ਕੋਈ ਉਸ ਤੋਂ ਬਾਅਦ ਵਿਸ਼ਾ ਲੈ ਕੇ ਉਹਦੇ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਦੀ ਹੈ। ਸੋ ਪਹਿਲਾਂ ਆਪਾਂ ਲੈਂਦੇ ਹਾਂ ਮੇਲ ਬਾਕਸ, ਤੁਹਾਡੇ ਸੁਨੇਹੇ ਜਾਣੀ ਕਿ ਸੁਨੇਹੇ ਸੱਜਣਾਂ ਦੇ। ਦੇਖੋ ਜੀ, ਤੁਸੀਂ ਸਾਡੇ ਸੱਜਣ ਹੋ, ਸਾਡੇ ਪਰਿਵਾਰ ਦੇ ਮੈਂਬਰ ਹੋ ਸਾਰੇ, ਔਰ ਸੱਚੀ ਮੁੱਚੀ ਇਉਂ ਮਹਿਸੂਸ ਹੁੰਦਾ ਕਈ ਵਾਰੀ ਤਾਂ ਵੀ ਸਾਡਾ ਇਹ ਜਿਹੜਾ ਹੈਗਾ, ਬੇਸ਼ੱਕ TV ਦੇ ਜ਼ਰੀਏ ਹੈਗਾ, ਬਹੁਤ ਸਾਰੇ ਦਰਸ਼ਕ ਜਿਹੜੇ ਹੈਗੇ ਨੇ ਜਾਂ ਬਹੁਤ ਸਾਰੇ ਕਾਲਰ ਸਾਨੂੰ ਮਿਲਦੇ ਵੀ ਨੇ ਕਈ ਜਗ੍ਹਾ, ਬਹੁਤ ਜਗ੍ਹਾ ਮਿਲਦੇ ਨੇ, ਬੜੀ ਖੁਸ਼ੀ ਹੁੰਦੀ, ਬੜਾ ਚੰਗਾ ਲੱਗਦਾ। ਫਿਰ ਵੀ ਇੱਕ ਵੱਖਰਾ ਜਿਹਾ ਰਿਸ਼ਤਾ ਜਿਹੜਾ ਹੈਗਾ, ਇਹਦਾ ਇੱਕ ਆਪਣਾ ਹੀ ਆਨੰਦ ਹੈਗਾ, ਉਡੀਕ ਮੈਨੂੰ ਤੁਹਾਡੀ, ਤੁਹਾਨੂੰ ਮੇਰੀ, ਅਤੇ ਫਿਰ ਗੱਲਾਂ ਬਾਤਾਂ ਕਰੀ ਦੀਆਂ। ਪਹਿਲਾ ਸਵਾਲ ਲੈਂਦੇ ਹਾਂ, ਜਨਜੋਤ ਸਿੰਘ ਰੀਨੋ ਨਵਾਡਾ ਤੋਂ, ਇਹ ਕਹਿੰਦੇ ਵੀ ਅੰਕਲ ਜੀ ਮੇਰੇ ਡੈਡੀ ਦੇ ਦਾੜੀ ਹੈਗੀ, ਮੇਰੇ ਮੰਮੀ ਦੇ ਹੈ ਨਹੀਂ। ਡੈਡੀ ਦੇ ਦਾੜੀ ਹੈਗੀ ਹੈ, ਮੇਰੀ ਮੰਮੀ ਦੇ ਦਾੜੀ ਨਹੀਂ ਹੈ, ਕਿਉਂ ਨਹੀਂ ਹੈ? ਲਓ ਜੀ, ਇਹਦਾ ਹੁਣ ਬੱਚਿਆਂ ਨੂੰ ਕੀ ਜਵਾਬ ਦਈਏ, ਡੈਡੀ ਦੀ ਦਾੜੀ ਹੈਗੀ ਅਤੇ ਮੰਮੀ ਦੇ ਹੈ ਨਹੀਂ, ਮੰਮੀਆਂ ਦੇ ਦਾੜੀ ਨਹੀਂ ਆਉਂਦੀ ਪੁੱਤ, ਇਹ ਇੱਕ ਕੁਦਰਤ ਵੱਲੋਂ ਹੀ ਬਣਾਇਆ ਗਿਆ, ਇਹ ਹੁਣ ਤਾਂ ਹੀ ਤਾਂ ਉਹ ਮੰਮੀ ਆ, ਜੇ ਦਾੜੀ ਆ ਜਾਂਦੀ ਫਿਰ ਉਹ ਵੀ ਡੈਡੀ ਬਣ ਜਾਂਦੀ, ਫਿਰ 2 ਡੈਡੀ ਥੋੜ੍ਹੀ ਹੁੰਦੇ ਘਰ ਦੇ ਵਿੱਚ। ਇਹ ਇੱਕ ਅਸਲ ਦੇ ਵਿੱਚ, ਚਲੋ ਮਜ਼ਾਕ ਨਾ ਮਜ਼ਾਕ ਰਿਹਾ, ਸਵਾਲ ਬੱਚੇ ਨੂੰ ਜਿਹੜਾ ਦਿਮਾਗ ਦੇ ਵਿੱਚ ਆਇਆ ਉਹਨੇ ਪੁੱਛ ਲਿਆ। ਇੱਕ ਦੇਖੋ ਜੀ, ਕੁਦਰਤ ਦਾ ਰੰਗ ਹੈਗਾ, ਕੁਦਰਤ ਦੇ ਖੇਡ ਨੇ। ਹੁਣ ਕਈਆਂ ਪੰਛੀਆਂ ਦੇ ਖੰਭ ਹੁੰਦੇ, ਹੁਣ ਆਪਾਂ ਸੋਚੀਏ ਪੰਛੀਆਂ ਦੇ ਖੰਭ ਕਿਉਂ ਹੈ, 4 ਲੱਤਾਂ ਕਿਉਂ ਨਹੀਂ ਹੈਗੀਆਂ, ਤਾਂ ਕੋਈ ਸਵਾਲ ਥੋੜ੍ਹੀ ਆਪਣਾ ਬਣਦਾ। ਜਾਂ ਇਹ ਸੋਚੀਏ ਵੀ ਮੱਝਾਂ ਦੇ 4 ਲੱਤਾਂ ਕਿਉਂ, ਜਾਂ ਕਿਸੇ ਜਾਨਵਰ ਦੇ ਸਰੀਰ 'ਤੇ ਇੰਨੇ ਵਾਲ ਕਿਉਂ, ਰਿਛ ਦੇ ਸਰੀਰ 'ਤੇ ਇੰਨੇ ਵਾਲ ਕਿਉਂ, ਤਾਂ ਉਹਦਾ ਵੀ ਐਡੇ ਵੱਡੇ ਵੱਡੇ ਵਾਲ ਕਿਉਂ ਹੁੰਦੇ? ਅਸੀਂ ਕੈਸਟ 'ਚ ਕੀਤਾ ਸੀ, ਕਹਿੰਦੇ ਜੀ ਤਾਂ ਹੁੰਦੇ ਕਿਉਂਕਿ ਜੰਗਲ ਦੇ ਵਿੱਚ ਕੋਈ ਨਾਈ ਨਹੀਂ ਹੁੰਦਾ ਵਾਲ ਕੱਟਣ ਵਾਲਾ। ਚਲੋ, ਇਹ ਕੁਦਰਤ ਵੱਲੋਂ ਇੱਕ ਜਿਹੜਾ ਬਣਿਆ ਹੋਇਆ, ਜਿਹਨੇ ਦੁਨੀਆ ਬਣਾਈ ਆ ਉਹਨੇ ਇਸ ਤਰ੍ਹਾਂ ਦਾ ਬਣਾਇਆ ਕਿ ਜਿਹੜੀ ਦਾੜੀ ਆ ਆਪਣੇ ਦੇਖਿਆ, ਅਕਸਰ ਦੇਖਿਆ ਕਿ 13-14 ਸਾਲ ਦੀ ਉਮਰ ਤੱਕ, 11-12 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਨੇ ਇੱਕੋ ਜਿਹੇ ਹੁੰਦੇ ਨੇ, ਆਵਾਜ਼ ਵੀ ਇੱਕੋ ਜਿਹੀ ਹੁੰਦੀ ਹੈ, ਅਤੇ ਉਦੋਂ ਬਾਅਦ ਜਿਹੜਾ ਮੇਲ ਹੈਗੇ ਆ, ਮੁੰਡੇ ਹੈਗੇ, ਉਹਨਾਂ ਦੀ ਆਵਾਜ਼ ਭਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ, ਨਾਲ ਨਾਲ 15-16 ਸਾਲ ਤੋਂ ਬਾਅਦ ਮਾੜਾ ਮਾੜਾ ਦਾੜੀ ਆਉਣੀ ਸ਼ੁਰੂ ਹੁੰਦੀ। ਪਰ ਅਸੀਂ ਜੇ ਦੇਖੀਏ, ਜਦੋਂ ਬੱਚਾ ਪੈਦਾ ਹੁੰਦਾ ਤਾਂ ਉਹਦੇ ਲੂੰ ਜਿਹੇ ਅਰਗੇ ਵਾਲ ਹੁੰਦੇ ਨੇ ਸਰੀਰ ਦੇ ਉੱਪਰ ਸਾਰੇ, ਮੱਥੇ 'ਤੇ ਵੀ ਹੁੰਦੇ ਨੇ ਕਈ ਵਾਰ, ਆਪੇ ਉਹ ਝੜ ਜਾਂਦੇ ਨੇ, ਇਹ ਵੀ ਕੁਦਰਤ ਵੱਲੋਂ ਹੈਗਾ। ਪਰ ਅਸਲੀਅਤ, ਸਾਇੰਸਦਾਨ ਜਿਹੜੀ ਗੱਲ ਕਹਿੰਦੇ ਨੇ, ਚਲੋ ਉਹ ਵੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ। ਬਾਕੀ ਮੰਮੀ ਦੇ ਦਾੜੀ ਹੈ ਨਹੀਂ ਹੈ, ਪਰ ਉਹਦਾ ਰੋਹਬ ਜਿਹੜਾ ਫਿਰ ਵੀ ਡੈਡੀ ਤੋਂ ਜ਼ਿਆਦਾ ਹੀ ਹੁੰਦਾ, ਕੋਈ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ, ਉਹ ਡੈਡੀ ਤੋਂ ਵੱਡੀ ਹੈ ਫਿਰ ਵੀ। ਅਤੇ ਇਹ ਇੱਕ ਸਾਇੰਸਦਾਨ ਕਹਿੰਦੇ ਵੀ ਐਂਡਰੋਜਨ ਹਾਰਮੋਨਸ ਹੁੰਦੇ ਨੇ ਸਾਡੇ ਵਿੱਚ,
एंड्रोजन हारमोनस, जिहड़े कि जिहड़े मेल बंदा हुंदा जिहड़ा मुंडा हुंदा जां जिहड़ा फिर बंदा हुंदा उहनां दे विच ओह हारमोनस ज़्यादा पाए जाते हैं। लेडीज़ बहुत होंगे ही नहीं, पहली गल तो जां होंगे तो बहुत घट होंगे। आप कई लेडीज़ दे देखते आपां वाल आए होंगे जां असीं देखते हैं कई परिवारों के वैसे तो जिहड़ियां शहरां वालियां हैगियां वो तो नेड़े तेड़े लगन नहीं दिंदियां वाल, उदों ही कोई ना कोई मतलब जगाड़ जिहा कर लैंदियां कोई वो कहिंदे की कहिंदे हुंदे जिद्दां फेशियल फूशियल जिहा सारा करा लैंदियां। पर साडे जिहड़े असीं अगर गल करिए कई सिखां दे लेडीज़ कई देखते हैं इट मीनस कि उन्होंने एंड्रोजन हारमोन जिहड़े ओह आ जाते हैं किसी न किसी तरीके कुदरत तरीके, तो फिर उन्होंने भी थोड़ा बहुत वाल जिहड़े आउंदे ने मूँह के उपर। एक टैक्नीकल सवाल से, चलो टैक्नीकल जिहा जवाब देता जसकीरत सिंह वाशिंगटन डीसी तो। ये कहते जी भी जे पैसा नाल नहीं जाना तो दुनिया उसके पिछे क्यों भजी फिरदी है। देखो जी दुनिया जे सब ना भजी फिरदी है तो दुनिया ने इत्थे भी कख नहीं छड के जाना, वो तू ऐ लगता भी नाल लैके जाऊ। पर एक कहते पैसा चीज़ ही ऐसी है भी छोड़ी ना छोड़ी जाए, पैसा जिहड़ा पैसा पता नहीं की बनाया जिवें क्यों बनाया किवें बनया इहदा की रंग रूप हैगा, पर इहदा एक बड़ा वड्डा योगदान साढ़े विच हैगा। पैसे ना अजकल गल करिए तां कहिंदे वी हर चीज़ खरीदी जा सकती है। मैनू किसी बंदे ने कहा पैसे ना हर चीज़ खरीदी जा सकती है, मैं कहा भी नहीं यार नहीं खरीदी जा सकती। कहिंदा खरीदी जा सकती है, मैं कहा खुशी किवें पैसे ना खरीद लोगे, वो कहिंदा खुशी भी पैसे ना खरीदी जा सकती यार अजकल। मैं कहा क्यों, कहिंदा वी $5,000 लग्गिया सारा मेरा खुशी प्राप्त करन च। मैं कहा भी $5,000 कि खुशी प्राप्त कर ली तू, कहना $5,000 लग्या 2,000 की 1,500 की टिकट आई है बाकी 3,500 नाल दिता घर वाले इंडिया भेजता 2 महीने वास्ते उन्होंने खुशियां खुशियां। पर पैसा जिहड़ा हैगा पैसे मगर भजदे ने, एक जरूरत इस तरह की जरूरत बन चुकिया, एक तो पहला जरूरत होंदी सी हुण एक तमा बन गई है, हुण एक कंपीटीशन बन गया पैसा। इस करके लोग अगे खेतों के भजदे सी ग्राउंडां दे विच भजदे सी, अजकल जिन्हों पिछो ग्राउंडां दे विच खेतां च घट भजदे पैसे पिछे ज़्यादा भजदे आ। इस करके पैसे नूं आपां ये नहीं कह सकते कि पैसे बिना अजकल जिंदगी जी है नहीं वैसे देखा जाए तो, इस करके तां ही लोकी भजदे ने। हरलीन कौर फिलाडेल्फिया तो इन्होंने पूछा भी जग्गी जी भी कदे कदे तुसीं टीवी ते बहुत सोहण लगदे हो, लै लै आ तो बड़ी नवीं गल सुनी जी अज मैं, चलो जी थैंक यू। तो की तुसीं अपनी नज़र उतारदे हो, हाँ जी नहीं नज़र की उतारनी जी, वैसे तुसीं जिहड़ी सोहणे दी गल कीती है टीवी ते मैं सोहणा लगदा, मैनूं कई वारी कईआं ने कहा मैं कितें जाना पर कई वारी ऐं भी हो जांदा जदों ऊं चल जाइए इत्थे हुण लाइटां लूटां लगियां थोड़ियां सोहणियां लगियां तो कई बार उदा फिर शकल इदा ही होंगी है। तो इदा जूबा सिटी की गल आ जो मैं साल को है दू अगले साल गया जो मैं उदू उ मिले सी माता जी एक आके बड़े प्यार दे नाल सिर पलोसया मेरा प्यार दिता तो मैनू भी तू जग्गी तू ही है। मैं क्या भी हाँ जी मैं ही हूँ तू ही है यार टैलीविजन पर आना हूं ना। मैं क्या हाँ जी मैं ही हाँ जी, वह कहती पुत टैलीविजन तो सोहना लगता ऊँ तो कुछ नहीं तू। सो कई बार ए भी हो जाती है टैलीविजन सोहना बड़ा आता पर तुम्हें सोहना मैनू कहण वास्ते तुहाडी बड़ी मेहरबानी। बाकी रही तुसीं गल कीती है नज़र उतारदे हो कि नहीं उतारदे हो, वह तो हरलीन जी इस उम्र च मैं ऐनका नहीं उतारदा, नज़र की उतारनी इहो जिहा माहौल होया एक दू इहदे विच ही नेड़े दी इहदे विच ही दूर दी आ, तो नज़र तो हुण आपे ही उतर जांदी है, वह तो बड़ी दूर आ नज़र नुज़र तो हुण तो। सर तुहाडा बहुत बहुत धन्नवाद कॉल करन वास्ते। अगे जी कश्मीर मसीह इंडियाना तो कहिंदे जी कई बंदे छोटी छोटी गल नूं डुंगाई च लै जांदे ने ते उहदा बड़े नुकसान हुंदे ने, उहनां नूं की कहना चाहुंदे हो। मैनूं तां इह लगदा जी वी चंगी गल है गल नूं डुंगाई च लैणा चाहीदा, कोई भी गल साडे नाल वापरदी उहनूं ध्यान नाल सोचणा चाहीदा, उहनूं डुंगाई च गल करनी चाहीदी है। चलो जिहड़े ज़्यादा फिर सोचदे ने हल कोई नहीं कढदे उहनां वास्ते चलो औखा हुंदा होऊगा, पर कई बंदे गल डुंगाई च लैंदे ही नहीं भावें गल डूंगी होवे उपरों उपरों ही कर जाते तो फिर उहदे बड़े पंगे पैंदे ने। कोई बंदा किसी आपदे दोस्त दे नाल गया किसी बाबे कोले सियाने कोले गया तो उहने पुछिया भी बाबा जी सुखी रहण दा कोई तरीका दसो। बाबा जी कहिंदे भी सुखी रहण दा तरीका ही जिहड़ा बंदा इस उम्र च इस जिंदगी दे विच दुख चुक लैंदा दुख झल लैंदा दुखां नूं ऐन चुक के रखता परवाह नहीं करता वह बंदा अगले जन्म च
ਸੁਖੀ ਰਹਿੰਦਾ। ਇਹ ਗੱਲ ਕਹੀ ਸੀ ਉਹਦੇ ਦੋਸਤ ਨੂੰ, ਤਾਂ ਉਹ ਹਜੇ ਆਪਣੀ ਵਾਰੀ ਆਉਣੀ ਸੀ, ਉਹਦੇ ਪੁੱਛਣ ਵਾਸਤੇ ਬੈਠਾ ਸੀ ਕੋਈ ਆਪਦਾ ਸਵਾਲ, ਉਹ ਪਹਿਲਾਂ ਹੀ ਉੱਠ ਕੇ ਘਰ ਨੂੰ ਚਲੇ ਗਿਆ, ਸੋਚਿਆ ਹੀ ਨਹੀਂ ਅੱਗੇ ਵੀ ਉਹਨੇ ਉਹਨੇ ਕਿਹਾ ਕਿ ਡੁੰਘਾਈ ਤੱਕ ਗਿਆ ਹੀ ਨਹੀਂ, ਸਿੱਧਾ ਘਰ ਗਿਆ। ਘਰ ਵਾਲੀ ਉਹਦੀ ਸੁੱਖਣਾ ਵਾਹਵਾ ਭਾਰੀ ਸੀਗੀ, ਉਹਨੂੰ ਚੱਕ ਕੇ ਐਂ ਲਾਪਿਆ, ਕਦੇ ਉੱਧਰ ਲੈ ਗਿਆ, ਚੱਕ ਕੇ ਕਦੇ ਉੱਧਰ ਲੈ ਗਿਆ, ਚੱਕ ਕੇ ਤੁਰਿਆ ਫਿਰ ਇੱਧਰ ਉੱਧਰ। ਹੈ ਤਾਂ ਔਖਾ ਹੀ ਸੀ ਬਾਹਰ ਚੱਕਣਾ ਹੀ ਨਾ, ਪਰ ਫਿਰ ਵੀ ਚੱਕ ਕੇ ਤੁਰਿਆ ਫਿਰ, ਅਤੇ ਘਰ ਵਾਲੀ ਬੜੀ ਖੁਸ਼ ਹੋਈ, ਕਹਿੰਦੀ ਹਾਏ ਹਾਏ ਮੈਂ ਮਰ ਜਾ, ਇੰਨਾ ਪਿਆਰ, ਇੰਨਾ ਪਿਆਰ। ਉਹ ਕਹਿੰਦਾ ਵੀ ਪਿਆਰ ਪਿਊਰ ਕੋਈ ਨਹੀਂ, ਮੈਨੂੰ ਤਾਂ ਕਿਸੇ ਸਿਆਣੇ ਨੇ ਦੱਸਿਆ ਵੀ ਜੇ ਤੁਸੀਂ ਦੁੱਖਾਂ ਨੂੰ ਇਸੇ ਜੀਵਨ ਦੇ ਵਿੱਚ ਚੁੱਕ ਲਓਗੇ ਤਾਂ ਅਗਲਾ ਜੀਵਨ ਤੁਹਾਡਾ ਸੁਖੀ ਹੋਊਗਾ। ਉਹ ਕਹਿੰਦੀ ਵੀ ਇੱਕ ਮੈਨੂੰ ਇੱਕ ਵਾਰੀ ਲਾਹ ਸਹੀ ਥੱਲੇ, ਫਿਰ ਮੈਂ ਤੈਨੂੰ ਦੱਸਦੀ ਵੀ ਦੁੱਖ ਕੀ ਹੁੰਦੇ ਆ, ਫਿਰ ਤੈਨੂੰ ਮੈਨੂੰ ਘੋਟਣਾ ਚੱਕ ਲੈਂਦੇ, ਫਿਰ ਦੱਸਦੀ ਦੁੱਖ। ਸੋ ਇਹ ਬੰਦੇ ਕਈ ਜਿਹੜੇ ਡੂੰਘਾਈ ਦੇ ਵਿੱਚ ਰਹੀ ਜਾਂਦੇ ਉਦੋਂ ਵੀ ਬੜੇ ਪੰਗੇ ਪੈ ਜਾਂਦੇ ਹੈਗੇ, ਡੂੰਘਾਈ ਦੇ ਵਿੱਚ ਜਾਣਾ ਮੇਰੇ ਹਿਸਾਬ ਦੇ ਨਾਲ ਠੀਕ ਹੈ। ਇੱਕ ਜਗਜੀਤ ਸਿੰਘ ਰੱਕੜ ਵੀ ਨਹੀਂ ਪਿੱਕ ਤੋਂ ਇਹਨਾਂ ਨੇ ਪੁੱਛਿਆ ਜੀ, ਕਹਿੰਦੇ ਕਰੋਨਾ ਵਾਇਰਸ ਬਹੁਤ ਫੈਲ ਰਿਹਾ, ਇੱਕ ਤਾਂ ਇਹਦਾ ਦੱਸੋ ਵੀ ਕੀ ਇਹਦਾ ਇਲਾਜ ਹੈਗਾ ਕਿ ਨਹੀਂ ਹੈਗਾ, ਜਾਂ ਇਹਨੂੰ ਕੀ ਕਰਨਾ ਚਾਹੀਦਾ। ਕਰੋਨਾ ਵਾਇਰਸ ਬਾਰੇ ਮੈਂ ਗੱਲ ਕੀਤੀ ਸੀ, ਵੈਸੇ ਬਚ ਕੇ ਰਹਿਣਾ ਚਾਹੀਦਾ, ਜਾਨਵਰਾਂ ਤੋਂ ਦੂਰ ਰਹੋ, ਜਿਹੜੇ ਜਾਨਵਰ ਵਰਗੇ ਬੰਦੇ ਆ ਉਹਨਾਂ ਦਾ ਕੋਈ ਹੱਦ ਨਹੀਂ, ਪਰ ਜਾਨਵਰਾਂ ਦੂਰ ਰਹੋ। ਹੱਥ ਧੋਵੋ ਸ਼ੈਂਪੂ ਦੇ ਨਾਲ, ਸਾਬਣ ਨਾਲ, ਇਹ ਕਹਿੰਦੇ ਨਹੀਂ ਜਾਂਦਾ। ਅਤੇ ਕੋਈ ਵੀ ਨੌਨ ਵੈਜ ਜੇ ਖਾਂਦੇ ਹੋ ਉਹ ਅਵੋਇਡ ਕਰੋ। ਵੈਸੇ ਤਾਂ ਕਹਿੰਦੇ ਇਹ ਚਮਗਿੱਦੜ ਤੋਂ ਹੋਇਆ, ਚੀਨੀਆਂ ਨੂੰ ਚਮਗਿੱਦੜ, ਚੀਨੇ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ, ਚੀਨੇ ਤਾਂ ਪਰ ਸਦੀਆਂ ਤੋਂ ਸੱਪ ਠੂਹੇ ਕੱਛੂ ਕੁੱਛੂ ਸਾਰੇ ਖਾਈ ਜਾਂਦੇ ਆ, ਅਤੇ ਉਦੋਂ ਇਹ ਹੁਣ ਜਾਂ ਤਾਂ ਉਹ ਜਿਹੜੇ ਹੈਗੇ ਨੇ ਇਹਨਾਂ ਨੇ ਖਾਧੇ ਉਹ ਬਦਲਾ ਲੈਣ ਆ ਗਏ ਜਾਂ ਕਿੱਦਾਂ ਹੈਗਾ, ਪਰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ ਕਿਤੇ ਜਾਂਦੇ ਹੋ। ਬਾਕੀ ਇਹਦੀ ਇਲਾਜ ਦੀ ਗੱਲ ਆ, ਮੈਨੂੰ ਝੰਡੇ ਅਮਲੀ ਨੇ ਇਲਾਜ ਨੂੰ ਮੈਂ ਪੁੱਛਿਆ ਸੀ, ਮੈਂ ਕਿਹਾ ਵੀ ਤੂੰ ਕਹਿੰਦਾ ਮੇਰੇ ਕੋਲ ਇਲਾਜ ਹੈਗਾ ਕਰੋਨਾ ਵਾਇਰਸ ਦਾ, ਮੈਂ ਕਿਹਾ ਕੀ ਇਲਾਜ ਆ, ਕਹਿੰਦਾ ਕਰੋਨਾ ਬੀਅਰ ਪੀਣੀ ਸ਼ੁਰੂ ਕਰ ਦਿਉ। ਕਰੋਨਾ ਬੀਅਰ ਪੀਣੀ ਸ਼ੁਰੂ ਕਰ ਦਿਉ, ਉਹਨਾਂ ਇਹ ਇਲਾਜ ਕਿਵੇਂ ਹੋਇਆ? ਉਹ ਕਹਿੰਦਾ ਵੀ ਜਿਵੇਂ ਲੋਹਾ ਲੋਹੇ ਨੂੰ ਕੱਟਦਾ ਐਵੇਂ ਹੀ ਕਰੋਨਾ ਕਰੋਨੇ ਨੂੰ ਕੱਟੂ। ਸੋ ਇਹ ਬੇਵਕੂਫੀ ਵਾਲੀ ਗੱਲ ਹੈਗੀ ਆ, ਇਹ ਤਾਂ ਕੋਈ ਇਹਦੇ 'ਚ ਕੋਈ ਲੌਜਿਕ ਨਹੀਂ ਹੈਗਾ, ਜਸਟ ਕਿਸੇ ਨੇ ਭੇਜਿਆ ਸੀ ਮੈਨੂੰ ਇਹ ਇੱਦਾਂ ਲਿਖ ਕੇ, ਅਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸਾਂਝਾ ਕਰ ਲੈਣਾ। ਸੋ ਇਹ ਚੀਜ਼ ਨਹੀਂ ਹੈਗੀ, ਪਰ ਕਰੋਨਾ ਵਾਇਰਸ ਬਹੁਤ ਬੁਰੀ ਤਰ੍ਹਾਂ ਫੈਲ ਰਿਹਾ ਹੈਗਾ, ਕਰੋੜਾਂ ਲੋਕ ਉੱਥੇ ਇੱਕ ਜਗ੍ਹਾ ਡੱਕ ਕੇ ਰੱਖੇ ਆ, ਨਾ ਉਹ ਕਿਸੇ ਨੂੰ ਮਿਲ ਸਕਦੇ, ਨਾ ਕਿਤੇ ਜਾ ਸਕਦੇ, ਨਾ ਆ ਸਕਦੇ ਆ। ਜਿੰਨਾ ਬਚਾਅ ਰੱਖੀਏ ਓਨਾ ਹੀ ਥੋੜ੍ਹਾ। ਇੱਕ ਸਵਾਲ ਛੋਟਾ ਜਿਹਾ ਹੋਰ ਲੈ ਲੈਂਦੇ ਹਾਂ, ਉਦੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਹੋਰ ਹੈਗੀਆਂ ਉਦੋਂ ਬਾਅਦ ਕਰਾਂਗੇ। ਉਹ ਸਵਾਲ ਇਹ ਸੀਗਾ, ਇਹ ਕਿਹੜਾ ਰਹਿ ਗਿਆ ਮੇਰੇ ਕੋਲ, ਸਾਰੇ ਪੜ੍ਹੇ ਗਏ ਮੈਨੂੰ ਵਿਆਹ। ਹਾਂ, ਇਹਨਾਂ ਨੇ ਪੁੱਛਿਆ, ਅਰਵਿੰਦਰ ਸਿੰਘ ਭੱਟੀ ਆ ਕੈਲਗਿਰੀ ਤੋਂ, ਇਹਨਾਂ ਨੇ ਪੁੱਛਿਆ ਵੀ ਮੇਰਾ ਵਿਆਹ ਹੋਏ ਨੂੰ 3 ਸਾਲ ਹੋ ਗਏ ਨੇ, ਚਲੋ ਜੀ ਵਧੀਆ ਗੱਲ ਹੈ, ਅਤੇ ਮੇਰੀ ਘਰਵਾਲੀ ਜਿਹੜੀ ਆ ਉਹ ਅੱਗੇ ਹੋਰ ਪੜ੍ਹਾਈ ਕਰਨੀ ਚਾਹੁੰਦੀ ਹੈ, ਕੀ ਵਿਆਹ ਤੋਂ ਬਾਅਦ ਸਟੱਡੀ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ? ਦੇਖੋ ਜੀ, ਸਿੱਧੀ ਗੱਲ ਇਹ ਹੈ, ਅਸੀਂ ਬਹੁਤ ਸਾਰੀਆਂ ਚੀਜ਼ਾਂ ਨਾ ਬੰਨ ਰੱਖੀਆਂ ਇੱਕ ਦੂਜੇ ਦੇ ਨਾਲ, ਵੀ ਇੰਨੀ ਉਮਰ ਹੋ ਗਈ ਤਾਂ ਆਹ ਕੰਮ ਕਰਿਆ ਤਾਂ ਲੋਕ ਕਹਿਣਗੇ, ਇੰਨੀ ਉਮਰ ਹੋ ਗਈ ਆਹ ਕੰਮ ਕਰਿਆ ਤਾਂ ਲੋਕ ਕਹਿਣਗੇ, ਪੜ੍ਹਾਈ ਦੀ ਗੱਲ ਕੀਤੀ ਇੰਨੀ ਉਮਰ ਹੋ ਗਈ ਤਾਂ ਪੜ੍ਹਾਈ ਕਰ ਲਈ, ਲੋਕ ਕਹਿਣਗੇ ਲੈ ਹੁਣ ਪੜ੍ਹੀ ਜਾਂਦੀ ਹੈ। ਪੜ੍ਹਾਈ ਦੀ ਕੋਈ ਉਮਰ ਨਹੀਂ, ਜਦੋਂ ਮਰਜ਼ੀ ਪੜ੍ਹ ਲੈਣਾ ਚਾਹੀਦਾ, ਪਰ ਥੋੜ੍ਹਾ ਜਿਹਾ ਨੁਕਸਾਨ ਇਹ ਹੋ ਸਕਦਾ ਵੀ ਜੋ ਨਿਆਣੇ ਨਿੱਕੇ ਹੋ ਜਾਂਦੇ ਆ, ਅਤੇ ਮੰਮੀ ਫੇਲ ਹੋ ਗਈ ਕਿਤੇ, ਅਤੇ ਉਹਨਾਂ ਨੇ ਉਹ ਕਹਿਣਾ ਮੰਮੀ ਫੇਲ ਹੋ ਗਈ, ਮੰਮੀ ਫੇਲ ਹੋ ਗਈ, ਉਹ ਥੋੜ੍ਹਾ ਸੁਣਨਾ ਔਖਾ ਲੱਗਣਾ। ਨਿਆਣੇ ਨੇ ਕਹਿਣਾ ਮੈਂ ਪਾਸ ਹੋ ਗਿਆ, ਮੈਂ ਪਾਸ ਹੋ ਗਿਆ, ਮੰਮੀ ਫੇਲ ਹੋ ਗਈ, ਮੰਮੀ ਫੇਲ ਹੋ ਗਈ, ਮੰਮੀ ਫੇਲ। ਚਲੋ ਖੈਰ, ਵੈਸੇ ਗੱਲ ਕਰੀਏ, ਕੁਛ ਵੀ ਪੜ੍ਹਨ ਪੜ੍ਹਾਉਣ ਦੀ ਜਾਂ ਸਿੱਖਣ ਸਿਖਾਉਣ ਦੀ ਮੇਰੇ ਹਿਸਾਬ ਦੇ ਨਾਲ ਕੋਈ ਉਮਰ ਨਹੀਂ ਹੁੰਦੀ, ਜਦੋਂ ਮਰਜ਼ੀ ਬੰਦਾ ਮਰਦੇ ਦਮ ਤੱਕ ਸਿੱਖਦਾ, ਪੜ੍ਹਦਾ ਨਹੀਂ ਹੈ ਤਾਂ ਸਿੱਖਦਾ ਜ਼ਰੂਰ ਹੈਗਾ। ਸੋ ਉਮੀਦ ਕਰਦਾ ਜੀ ਇਹ ਜਿਹੜੇ ਸਵਾਲ ਜਵਾਬ ਤੁਹਾਨੂੰ ਵਧੀਆ ਲੱਗੇ ਹੋਣਗੇ, ਅਤੇ ਬ੍ਰੇਕ ਤੋਂ ਬਾਅਦ ਆਪਾਂ ਚੱਲਾਂਗੇ ਵਿਸ਼ੇ ਵਾਲੇ ਪਾਸੇ। ਨਾਲ ਦੀ ਨਾਲ ਮੈਂ ਅੱਜ ਬੇਨਤੀ ਕੀਤੀ ਹੈ ਹਰਜਨ ਸਿੰਘ ਅਣਜਾਣ ਸਾਹਿਬ ਨੂੰ ਵੀ, ਉਹ ਵੀ ਥੋੜ੍ਹਾ ਜਿਹਾ ਟਾਈਮ ਜ਼ਰੂਰ ਦੇਣ ਅੱਜ। ਸੋ ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ ਅਣਜਾਣ ਸਾਹਿਬ ਨਾਲ ਥੋੜ੍ਹੀ ਦੇਰ ਵਾਸਤੇ ਗੱਲਬਾਤ ਕਰਕੇ, ਉਸ ਤੋਂ ਬਾਅਦ ਆਪਾਂ ਫਿਰ ਵਿਸ਼ੇ ਵੱਲ ਚੱਲਾਂਗੇ। ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਫਿਰ ਇੱਕ ਵਾਰ ਪ੍ਰੋਗਰਾਮ ਲੈ ਕੇ, ਅਤੇ ਗੱਲਾਂ ਬਾਤਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਪਰ ਤੁਹਾਡੀਆਂ ਕਾਲਾਂ ਲੈਣ ਤੋਂ ਪਹਿਲਾਂ ਸਰਦਾਰ ਅਰਜਨ ਸਿੰਘ ਅਣਜਾਣ, ਜੋ ਕਿ ਗਿਆਨ ਦਾ ਖਜ਼ਾਨਾ ਮੈਂ ਕਹਿੰਦਾ ਉਹਨਾਂ ਨੂੰ, ਬਹੁਤ ਵੱਡੀ ਜਾਣਕਾਰੀ ਉਹਨਾਂ ਕੋਲ ਹੈਗੀ ਆ। ਸੋ ਉਹਨਾਂ ਦੀ ਜਾਣਕਾਰੀ ਜਿਹੜੀ ਹੈ, ਉਹਨਾਂ ਦੇ ਗਿਆਨ ਦੇ ਸਮੁੰਦਰ ਵਿੱਚੋਂ ਆਪਾਂ ਵੀ ਕੁਛ ਬੂੰਦਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਅਣਜਾਣ ਸਾਹਿਬ ਨਾਲ ਗੱਲਬਾਤ ਕਰਾਂਗੇ, ਅਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਾਂਗੇ।
ਹੈਲੋ ਹਾਂਜੀ ਅਨਜਾਨ ਸਾਹਿਬ ਪੈਰੀ ਪਿੰਨਾ ਜੀ ਸਤਿ ਸ਼੍ਰੀ ਅਕਾਲ ਓਕੇ ਜੀ ਧੰਨਵਾਦ ਜੀ 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 ਬਹੁਤ ਬਹੁਤ ਸਵਾਗਤ ਜੀ ਹਾਂਜੀ ਆਦਰ ਯੋਗ ਪਿਆਰਿਓ ਆਪ ਤੇ ਦਰਸ਼ਕਾਂ ਨੂੰ ਨਿਮਰਤਾ ਸਿਹਤ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਪ ਜਿਹੜੇ ਰੰਗ ਦਿਖਾ ਜਾਂਦੇ ਉਹਦੇ ਵਿੱਚ ਬਾਕੀ ਕੋਈ ਕਸਰ ਹੀ ਨਹੀਂ ਰਹਿੰਦੀ ਨਹੀਂ ਜੀ ਨਹੀਂ ਜੋ ਰੰਗ ਤੁਹਾਡੇ ਕੋਲ ਆ ਉਹ ਮੇਰੇ ਕੋਲ ਨਹੀਂ ਹੈਗੇ ਉਹ ਰੰਗ ਜਿਹੜੇ ਹੈਗੇ ਨੇ ਸੁਬਾਹ ਹਰ ਰੰਗ ਹੁੰਦਾ ਇਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਪਰ ਜਿਹੜੇ ਰੰਗ ਤੁਹਾਡੇ ਕੋਲ ਨੇ ਉਹਦੇ 'ਤੇ ਮੈਂ ਨੇੜੇ ਤੇੜੇ ਵੀ ਨਹੀਂ ਹੈ ਜੀ ਕੱਲ੍ਹ ਤੁਸੀਂ ਸੁਣਾਉਂਦੇ ਸੀ ਵੀ ਇੱਕ ਬੀਬੀ ਨੂੰ ਵਿਆਹ ਕੇ ਲਿਆਂਦਾ ਤੇ ਉਹਨੂੰ ਫੁਲਕਾ ਪਾਣੀ ਦਿੱਤਾ ਤੇ ਉਹ ਕਹਿੰਦੀ ਆਂਡੇ ਨਹੀਂ ਦਿੱਤੇ ਤੇ ਉਹ ਚਲੇ ਹੀ ਗਈ ਹਾਂਜੀ ਹਾਂਜੀ ਕਿ ਖਬਰ ਸੀ ਸੱਚੀ ਖਬਰ ਆਪਣੇ ਸ਼ਾਇਦ ਯੂਪੀ ਦੀ ਸੀ ਹਾਂਜੀ ਗੋਰਖਪੁਰ ਦੀ ਤੇ ਅਸੀਂ ਵੀ ਇੱਕ ਸ਼ਾਦੀ ਦੇਖੀ ਉਹ ਸ਼ਾਦੀ ਵੀ ਬੜੀ ਨਿਆਰੀ ਸੀ ਹਾਂਜੀ ਸ਼ਾਦੀ ਤੇ ਕਰਾਉਣ ਚਲੇ ਗਏ ਸਾਰੇ ਹੀ ਕਰਾਉਂਦੇ ਆ ਤੇ ਜਦੋਂ ਸਾਰੇ ਵਿਹਾਰ ਹੋ ਗਏ ਤੇ ਤੁਰੰਤ ਲਾਵਾਂ ਹੋ ਗਈਆਂ ਪੱਲਾ ਫੜਾਇਆ ਗਿਆ ਤੇ ਉਹ ਕਹਿੰਦੇ ਵੀ ਥੋੜੇ ਟਾਈਮ ਤੋਰਦੇ ਆ ਤੁਹਾਨੂੰ ਤੇ ਤੁਸੀਂ ਉਹਨਾਂ ਚਿਰ ਆਰਾਮ ਕਰ ਲਓ ਅੱਛਾ ਜੀ ਵਿਆਹਦੜ ਕਹਿੰਦਾ ਵੀ ਮੈਂ ਲੜਕੀ ਤੁਹਾਡੀ ਤਾਂ ਲੈ ਕੇ ਜਾਣੀ ਆ ਜੇ ਮੈਨੂੰ ਕਾਰ ਲੈ ਕੇ ਦਿਓਗੇ ਅੱਛਾ ਜੀ ਉਹ ਕਹਿੰਦੇ ਅੱਗੇ ਕੋਈ ਗੱਲ ਨੀ ਪਤੇ ਸਾਡੇ ਤੇ ਰਿਵਾਜ ਨਹੀਂ ਆ ਕਿਹੜਾ ਕੰਮ ਬਾਕੀਆਂ ਬਥੇਰਾ ਆਖਿਆ ਪਰ ਲਾੜਾ ਆਕੜ ਗਿਆ ਨਹੀਂ ਮੈਂ ਤਾਂ ਕਾਰ ਵੀ ਨਾ ਮਿਲ ਜਾਂਦਾ ਜੀ ਲੜਕੀ ਨੇ ਵੀ ਕਿਹਾ ਜੀ ਉਹਦੇ ਬਾਪ ਨੇ ਵੀ ਉਹ ਕਹਿੰਦੀ ਵੀ ਰਹਿ ਨੀ ਦਿਓ ਤੇ ਇਹੋ ਜਿਹਾ ਨੀ ਮੈਨੂੰ ਅੱਛਾ ਪਰ ਬਾਪ ਕਹਿੰਦਾ ਵੀ ਮੈਂ ਹੁਣ ਪੱਲਾ ਫੜਾਇਆ ਹੋਇਆ ਹੁਣ ਹੁਣ ਤੂੰ ਮੇਰੀ ਧੀ ਨੀ ਹੁਣ ਉੱਥੇ ਜਾ ਕੇ ਫਿਰ ਜੀ ਅਖੀਰ ਕਾਰ ਲੈ ਦਿੱਤੀ ਅੱਛਾ ਜੀ ਜੋ ਕਾਰ ਲੈ ਦਿੱਤੀ ਤੇ ਫਿਰ ਲੜਕੀ ਵੀ ਸਿਆਣੀ ਨਿਕਲੀ ਉਹਨੇ ਵੀ ਆਪਦਾ ਮਨ ਬਣਾ ਲਿਆ ਅੱਛਾ ਜੀ ਜਦੋਂ ਚੱਲ ਪਏ ਤੇ ਉਹ ਕਹਿੰਦੀ ਵੀ ਮੈਨੂੰ ਜਦੋਂ ਅੱਧ ਆ ਗਿਆ ਉਦੋਂ ਮੈਨੂੰ ਦੱਸ ਦੇਈ ਮੈਨੂੰ ਨੀ ਪੈਂਦੇ ਦਾ ਪਰ ਅੱਛਾ ਜੀ ਆਪਣੀ ਮਜ਼ਲ ਦਾ ਅੱਧ ਆ ਗਿਆ ਉਦੋਂ ਮੈਨੂੰ ਦੱਸ ਦੇ ਜੀ 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 ਹੁਣ ਦੋ ਤਿੰਨ ਵੀ ਪੁੱਛਿਆ ਜਦੋਂ ਅੱਗ ਅੱਧ ਆ ਗਿਆ ਤੇ ਉਹਨੇ ਦੱਸਿਆ ਵੀ ਅੱਧ ਇੱਥੇ ਆਪਣੇ ਉਹ ਕਹਿੰਦੇ ਠੀਕ ਆ ਗੱਡੀ ਰੋਕ ਲਈ ਅੱਛਾ ਜੀ ਗੱਡੀ ਰੋਕ ਕੇ ਤੇ ਗੱਡੀ ਤੋਂ ਉਤਰ ਆਈ ਤੇ ਉਹਨੂੰ ਵੀ ਕਹਿੰਦੀ ਥੱਲੇ ਉਤਰ ਆ ਬਈ ਅੱਛਾ ਜੀ ਉਹ ਕਹਿੰਦੇ ਬੈਠ ਆਪਾਂ ਗਾਂਹ ਜਾਣਾ ਕਹਿੰਦੇ ਗਾਂਹ ਕਿੱਦੋਂ ਜਾਣਾ ਇੱਥੋਂ ਤੱਕ ਮੇਰੀ ਬਾਪ ਦੀ ਗੱਡੀ ਤੇ ਗਾਂਹ ਗਾਂਹ ਮੈਂ ਤੇਰੇ ਬਾਪ ਦੀ ਗੱਡੀ ਤੇ ਜਾਣਾ ਆ ਅੱਛਾ ਫਿਰ ਅੱਧ ਤਾਈ ਮੈਂ ਤੇਰਾ ਵੀ ਹੱਕ ਓਨਾ ਹੀ ਪਿਆ ਜੇ ਮੇਰਾ ਵੀ ਓਨਾ ਹੀ ਆ ਹੁਣ ਤੇਰੇ ਬਾਪ ਦੀ ਗੱਡੀ ਤੇ ਮੈਂ ਗਾਂਹ ਜਾਣਾ ਗੱਡੀ ਬਾਪ ਦੀ ਮੰਗਾ ਕੀ ਬਾਤ ਹੈ ਜੀ ਫਿਰ ਲਗਾ ਤਰਲੇ ਤੁਰਲੇ ਕਰਨੇ ਉਹਨੇ ਕੱਢ ਲਿਆ ਹੈਂਕਰ ਉਹ ਲੈ ਕੇ ਆਈ ਸੀ ਕੋਲ ਉਹਨੇ ਚ ਇਹਨੂੰ ਮਗਲੇ ਵੀ ਆ ਗਏ ਕਹਿੰਦੇ ਕਿ ਉਹ ਕਹਿੰਦੇ ਵੀ ਇਹਨੂੰ ਹੀ ਪੁੱਛ ਲਓ ਫਿਰ ਉਹ ਕਹਿੰਦੇ ਰਹੇ ਬਥੇਰੇ ਉਹ ਕਹਿੰਦੇ ਨੇ ਮੈਂ ਤੇ ਤੇਰੇ ਬਾਪ ਦੀ ਗੱਡੀ ਤੇ ਇਹਨੂੰ ਗਾਂ ਇੱਕ ਇੰਚ ਨੀ ਤੁਰਨਾ ਬਸ ਫਿਰ ਕਿੱਥੇ ਸੀ ਫਿਰ ਤਰਲੇ ਤੁਰਲੇ ਕੀਤੇ ਬਸ ਫਿਰ ਉਹ ਕਹਿੰਦੀ ਵੀ ਤੁਸੀਂ ਮੈਂ ਤੇ ਆਪਦੇ ਗੱਡੀ ਤੇ ਬਾਪ ਬਾਪ ਦੇ ਕੋਲ ਹੀ ਜਾਊਂਗੀ ਤੇ ਇਹਨੂੰ ਲੈ ਜਾਓ ਮੈਨੂੰ ਨੀ ਚਾਹੀਦਾ ਅੱਛਾ ਜੀ ਦੇਖ ਲਓ ਇਹ ਵੀ ਬੜੇ ਬੜੇ ਇਸ ਤਰ੍ਹਾਂ ਦੇ ਕਿੱਸੇ ਹੁੰਦੇ ਨੇ ਜੀ ਇਹ ਅਸਲੀਅਤ ਜੀ ਤੇ ਹੋਰ ਕਹਿੰਦੇ ਵੀ ਮਾਰਨ ਵਾਲੇ ਨੂੰ ਰੱਖਣ ਵਾਲਾ ਸਿਆਣਾ ਹੁੰਦਾ ਵਾ ਬਿਲਕੁਲ ਮਾਰਨ ਵਾਲਾ ਤੇ ਸਾਰਿਆਂ ਨੂੰ ਦਿਸਦਾ ਹੁੰਦਾ ਤੇ ਦਿਸਣ ਜਿਹੜਾ ਰੱਖਣ ਵਾਲਾ ਉਹ ਨਹੀਂ ਪਤਾ ਵੀ ਕਿਹੜੇ ਰੂਪ ਚ ਉਹਨੇ ਆ ਜਾਣਾ ਜੀ ਇੱਕ ਬੰਦਾ ਘੂਕ ਸੁੱਤਾ ਪਿਆ ਸੀ ਜੀ ਇੱਕ ਘੋੜੇ ਵਾਲਾ ਆਇਆ ਉਹਦੇ ਕੋਲ ਹੈਂਟਰ ਸੀ ਉਹਨੇ ਪੁੱਛਿਆ ਨੀ ਦੱਸਿਆ ਨੀ ਉਹ ਹੈਂਟਰ ਨਾ ਦੇ ਕਟਾਪਾ ਉਹਨੂੰ ਅੱਛਾ ਉਹ ਉੱਠ ਕੇ ਕਹਿੰਦਾ ਵੀ ਤੂੰ ਮੈਨੂੰ ਕੋਈ ਮਾਰੋ ਕਹਿੰਦਾ ਬਸ ਦਰਿਆਲ ਨੂੰ ਨੱਠ ਕਹਿੰਦਾ ਹੋਰ ਕਹਿੰਦਾ ਉਹ ਹੱਥ ਜੋੜੀ ਉਹ ਕੁੱਟੀ ਜਾਏ ਉਹ ਕਹਿੰਦਾ ਕੋਈ ਬਸ ਦਰਿਆਲ ਨੂੰ ਹੱਠ ਨੱਠਣ ਵਾਲੀ ਗੱਲ ਕਰ ਅੱਛਾ ਜੀ ਉਹ ਨੱਠਿਆ ਜੋ ਨੱਠੇ ਦਰਿਆ ਤੇ ਚੱਲੇ ਗਏ ਉਹ ਕਹਿੰਦਾ ਪਾਣੀ ਪੀ ਜੀ ਉਹ ਪਾਣੀ ਪੀਵੇ ਉਹ ਜਿੰਨਾ ਪੀ ਉਹ ਹੋਰ ਫੇਰ ਕੁੱਟੀ ਜਾਵੇ ਕਹੇ ਹੋਰ ਪੀ ਅੱਛਾ ਜੀ ਕਹੇ ਹੋਰ ਪੀ ਉਹ ਫੇਰ ਅਖੀਰ ਉਹ ਕਹਿੰਦਾ ਵੀ ਤੈਂ ਮੈਨੂੰ ਮਾਰਨਾ ਉਹ ਕਹਿੰਦਾ ਮਾਰਨਾ ਨੀ ਮੈਂ ਪਾਣੀ ਪਿਆਉਣਾ ਤੈਨੂੰ ਅਖੀਰ ਉਹ ਦਰਿਆ ਦੇ ਵਿੱਚ ਬਹਿ ਗਿਆ ਮੂੰਹ ਅੱਡ ਕੇ ਤੇ ਜਦੋਂ ਉਹਦਾ ਮੂੰਹ ਪੇਟ ਭਰ ਗਿਆ ਚੰਗੀ ਤਰ੍ਹਾਂ ਤੇ ਉਹ ਬਾਹਰ ਨਿਕਲਿਆ ਤੇ ਜੀ ਖੜਾ ਹੋਇਆ ਤੇ ਪਾਣੀ ਜ਼ਿਆਦਾ ਪੀਤਾ ਜਦੋਂ ਉਹਨੂੰ ਉਲਟੀ ਆ ਗਈ ਅੱਛਾ ਜੀ ਜਦੋਂ ਉਲਟੀ ਆ ਗਈ ਤੇ ਉਹਦੇ ਮੂੰਹ ਚੋਂ 1.5 ਫੁੱਟ ਸੱਪ ਨਿਕਲਿਆ ਅੱਛਾ ਜੀ
ਤੇ ਕਹਿੰਦਾ ਮੈਂ ਇਸ ਕਰਕੇ ਕੱਟ ਕੁੱਟ ਰਿਹਾ ਸੀ ਤੈਨੂੰ, ਤੂੰ ਮੂੰਹ ਅੱਡ ਕੇ ਸੁੱਤਾ ਪਿਆ ਸੀ, ਇਹ ਤੇਰੇ ਮੂੰਹ ਚ ਵੜ ਗਿਆ ਸੀ, ਮੈਂ ਦੇਖ ਲਿਆ ਸੀ, ਮੈਨੂੰ ਕੁੱਟ ਮਾਫ਼ ਕਰ ਦੇ ਤੇ ਤੂੰ ਜਾ ਕੇ। ਕਿਆ ਬਾਤ ਹੈ ਜੀ, ਵਾਹ ਜੀ ਵਾਹ। ਉਹ ਕਹਿੰਦਾ ਤੂੰ ਤਾਂ ਕੁੱਟ ਕੇ ਮੈਨੂੰ ਜਾਣ ਦੇ ਗਿਆ, ਮਾਫ਼ ਕਾਹਦੀ ਕਰਾਂ ਮੈਂ ਤੈਨੂੰ। ਇਹਦੇ ਨਾਲ ਸਭਨਾਂ ਦਾ ਮਾਂ ਪਿਓ ਆਪ ਹੈ ਜੀ, ਸਭਨਾਂ ਦਾ ਮਾਂ ਪਿਓ ਆਪੇ ਆਪੇ ਸਾਰ ਕਰੇ ਜੀ। ਉਹਦਾ ਚੇਤਾ ਹੀ ਉਹ ਰੱਖਦਾ, ਉਹ ਬਚਾਉਣ ਵਾਲੇ ਵੀ ਭੇਜ ਦਿੰਦਾ ਜੀ ਜੀ ਜੀ। ਸਵਾਬ ਬਣਾਉਂਦੇ, ਵਧੀਆ ਬਣਦੇ ਨੇ। ਤੇ ਅੱਗੇ ਤੁਹਾਡੀ ਰਚਨਾ ਚ ਤੁਹਾਡੇ ਨਾਲ ਅੱਗੇ ਸਾਂਝੀ ਹੋਈ ਕਵਿਤਾ, ਉਹ ਜੇ ਕਹੋ ਤੇ ਉਹ ਸਾਂਝੀ ਕਰਦੇ ਆ ਜੀ। ਜ਼ਰੂਰ ਜੀ। ਆਉਂਦੇ ਰਹਿਣ ਤੇਰੇ ਨਾਮ ਦੇ ਹਲਾਰੇ ਤੇ ਝੋਕਾਂ ਸਦਾ ਰਹਿਣ ਲੱਗੀਆਂ। ਵਨ ਸਵੰਨੀਆਂ ਜੂਨਾਂ ਚੋਂ ਕੱਢ ਕੇ ਮੈਨੂੰ ਬੰਦਾ ਬਣਾ ਕੇ ਤੁਰ ਗਿਆ ਜੀ। ਵਨ ਸਵੰਨੀਆਂ ਜੂਨਾਂ ਚੋਂ ਕੱਢ ਕੇ ਮੈਨੂੰ ਬੰਦਾ ਬਣਾ ਕੇ ਤੁਰ ਗਿਆ। ਨੌ ਨਿਧੀਆਂ ਅਠਾਰਾਂ ਸਿੱਧੀਆਂ ਦੇ ਕੇ ਉੱਤੇ ਖੋਪਰੀ ਪੁੱਠੀ ਟਿਕਾ ਕੇ ਤੁਰ ਗਿਆ ਜੀ। ਪਤੰਦਰ ਬਣਾ ਕੇ ਮੰਦਰ ਅੰਦਰ ਆਪ ਅੱਖ ਬਚਾ ਕੇ ਤੁਰ ਗਿਆ ਜੀ। ਮੈਂ ਔਂਸੀਆਂ ਹੀ ਪਾਉਂਦੀ ਰਹੀ, ਪਤਾ ਹੀ ਨਹੀਂ ਕਦੇ ਆ ਕੇ ਤੁਰ ਗਿਆ ਜੀ ਜੀ। ਮੈਂ ਤੇਲ ਚੋਣ ਲਈ ਭਾਲਦੀ ਰਹੀ, ਉਹ ਕੁੰਡਾ ਖੜਕਾ ਕੇ ਤੁਰ ਗਿਆ ਜੀ। ਮੈਂ ਢੂੰਡਦੀ ਆਲ ਪਤਾਲ ਰਹੀ, ਉਹ ਫੇਰੀ ਪਾ ਕੇ ਤੁਰ ਗਿਆ। ਮੈਂ ਤਾਂ ਢੂੰਡਦੀ ਆਲ ਪਤਾਲ ਰਹੀ, ਉਹ ਫੇਰੀ ਪਾ ਕੇ ਤੁਰ ਗਿਆ। ਮੈਂ ਗੁਣ ਗਣਾਟ ਪਹਿਚਾਣਦੀ ਰਹੀ, ਉਹ ਅਲਖ ਗਜਾ ਕੇ ਤੁਰ ਗਿਆ। ਮੈਂ ਗੁਣਗਣਾਟ ਪਛਾਣਦੀ ਰਹੀ, ਉਹ ਅਲੱਗ ਜਾ ਕੇ ਤੁਰ ਗਿਆ। ਮੈਂ ਝੂਮਦੀ ਰਹੀ ਦੀਦਾਰ ਨੂੰ, ਤੇ ਉਹ ਚਿਤਵਨੀ ਲਾ ਕੇ ਤੁਰ ਗਿਆ। ਕਿਆ ਬਾਤ ਹੈ। ਮੈਂ ਸਵਾਵਰ ਵਾਲ ਲੱਭਦੀ ਰਹੀ ਜੱਗੀ ਜੀ, ਉਹ ਤਾਰਾਂ ਟਣਕਾ ਕੇ ਤੁਰ ਗਿਆ। ਏਦਾਂ ਦੀ ਆਵਾਜ਼ ਹੁੰਦੀ ਬਿਲਕੁਲ। ਮੈਂ ਸਵਾਬ ਰਵਾਬ ਲੱਭਦੀ ਰਹੀ, ਉਹ ਤਾਰਾਂ ਟਣਕਾ ਕੇ ਤੁਰ ਗਿਆ। ਮੈਂ ਡੁੱਬੀ ਰਹੀ ਭਲੇ ਅੱਖਿਆਂ ਵਿੱਚ, ਓਏ ਉਹ ਮੁਸ਼ਕਰਾ ਕੇ ਤੁਰ ਗਿਆ। ਵਾਹ ਜੀ ਵਾਹ। ਮੈਂ ਡੁੱਬੀ ਰਹੀ ਭਲੇ ਅੱਖਿਆਂ ਵਿੱਚ, ਤੇ ਉਹ ਮੁਸ਼ਕਰਾ ਕੇ ਤੁਰ ਗਿਆ। ਮੈਂ ਫੜਦੀ ਰਹੀ ਪਰਛਾਵਿਆਂ ਨੂੰ, ਉਹ ਗੁਪਤੀ ਹਸਾ ਕੇ ਤੁਰ ਗਿਆ। ਉਹ ਹੱਸਦਾ ਫਿਰਦਾ, ਉਹਨੂੰ ਤੇ ਕਦੇ ਨਾ ਗੁੱਸਾ ਆਉਂਦਾ ਨਾ ਰੋਸਾ ਆਉਂਦਾ। ਮੈਂ ਫੜਦੀ ਰਹੀ ਪਰਛਾਵਿਆਂ ਨੂੰ, ਉਹ ਗੁਪਤੀ ਹਸਾ ਕੇ ਤੁਰ ਗਿਆ। ਮੈਂ ਤੁਰਦੀ ਮਜਲੂ ਮਜਲੀ ਰਹੀ, ਉਹ ਮਜਲਾ ਹੀ ਮਕਾ ਕੇ ਤੁਰ ਗਿਆ ਜੀ। ਤੇ ਮੈਂ ਕਿੱਕਲੀ ਪਾਪਾ ਪਰਮਾਉਂਦੀ ਰਹੀ, ਉਹ ਪੱਲੂ ਘੁਮਾ ਕੇ ਤੁਰ ਗਿਆ। ਮੈਂ ਕਿੱਕਲੀ ਉਹ ਕਿਤੇ ਭੰਗੜਿਆਂ ਨਾ ਤੇ ਗਿੱਧਿਆਂ ਨਾ ਤੇ ਕਲੋਲ ਕਰਨ ਨਾ ਨਹੀਂ ਉਹ ਚੱਲਦਾ ਜੀ ਜੀ। ਮੈਂ ਕਿੱਕਲੀ ਪਾਪਾ ਪਰਮਾਉਂਦੀ ਰਹੀ, ਉਹ ਪੱਲੂ ਘੁਮਾ ਕੇ ਤੁਰ ਗਿਆ। ਉਹ ਕਿੱਧਰੋਂ ਆਇਆ, ਗਿਆ ਕਿੱਧਰ ਪਤਾ ਹੀ ਨੀ ਲੱਗਿਆ, ਦੇਖਦੀ ਰਹਿ ਗਈ। ਕਿੱਧਰੋਂ ਆਇਆ ਗਿਆ ਕਿੱਧਰ ਨੂੰ, ਉਹ ਸੁੱਤੀ ਕਲਾ ਜਗਾ ਕੇ ਤੁਰ ਗਿਆ। ਦੇਣ ਲੈਣ ਤੇ ਮੈਨੂੰ, ਦੇਣ ਲੈਣ ਤੇ ਵਰਤਣਾ, ਉਹ ਮੈਨੂੰ ਪੜਾ ਕੇ ਤੁਰ ਗਿਆ। ਅਣਜਾਣ ਆਸਾਂ ਲਾਈਆਂ ਮੁਕਤੀ ਦੀਆਂ, ਉਹ ਹੋਮੇ ਫੜਾ ਕੇ ਤੁਰ ਗਿਆ ਜੱਗੀ ਜੀ। ਉਹ ਹੋਮੇ ਫੜਾ ਕੇ ਤੁਰ ਗਿਆ। ਵਾਹ ਜੀ ਵਾਹ, ਵਾਹ ਜੀ। ਹੋਮੇ ਫੜਾ ਕੇ ਤੁਰ ਗਿਆ। ਧੰਨਵਾਦ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਅਣਜਾਣ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਰਜਨ ਸਿੰਘ ਅੰਜਾਲ ਸਾਹਿਬ ਦੀਆਂ ਗੱਲਾਂ ਬਾਤਾਂ ਸਾਡੇ ਦਰਸ਼ਕ ਬਹੁਤ ਪਸੰਦ ਕਰਦੇ ਨੇ। ਕਈ ਵਾਰ ਬਹੁਤ ਡੂੰਘਾ ਇਤਿਹਾਸ ਵੀ ਦੱਸ ਦਿੰਦੇ, ਕਈ ਵਾਰ ਬਹੁਤ ਮਿਥਿਹਾਸ ਦੀਆਂ ਗੱਲਾਂ ਵੀ ਹੁੰਦੀਆਂ, ਅਤੇ ਕਈ ਵਾਰ ਸਾਖੀਆਂ ਵੀ ਸਾਡੇ ਨਾਲ ਸਾਂਝੀਆਂ ਕਰਦੇ ਨੇ। ਮੁੱਖ ਦੀ ਗੱਲ ਇਹ ਹੁੰਦੀ ਹੈ ਕਿ ਕੁਛ ਸਿੱਖਣ ਸਿਖਾਉਣ ਦੀ ਗੱਲ ਅੰਜਾਣ ਸਾਹਿਬ ਦੀਆਂ ਗੱਲਾਂ ਵਿੱਚ ਹੁੰਦੀ ਹੈ, ਔਰ ਉਹਨੂੰ ਅਗਰ ਥੋੜ੍ਹਾ ਬਹੁਤ ਵੀ ਫੋਲੋ ਕਰੀਏ, ਥੋੜ੍ਹਾ ਬਹੁਤ ਵੀ ਅਮਲ ਕਰਨਾ ਸ਼ੁਰੂ ਕਰੀਏ, ਤਾਂ ਸਾਡਾ ਜੀਵਨ ਜਿਹੜਾ ਮੇਰੇ ਹਿਸਾਬ ਦੇ ਨਾਲ ਸੁਖਾਲਾ ਹੋ ਸਕਦਾ ਹੈਗਾ। ਹੁਣ ਗੱਲ ਕਰੀਏ, ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ। ਤੁਹਾਡੀਆਂ ਬਹੁਤ ਸਾਰੀਆਂ ਕਾਲਾਂ ਵਿੱਚ ਆ ਰਹੀਆਂ ਸੀਗੀਆਂ, ਪਰ ਜਦੋਂ ਅੰਜਾਣ ਸਾਹਿਬ ਦੀ ਗੱਲ ਚੱਲਦੀ ਸੀ ਮੈਂ ਵਿੱਚੋਂ ਕੱਟ ਕੇ ਕਾਲ ਹੋਲਡ ਕਰਨੀ ਮੁਨਾਸਬ
ਨਹੀਂ ਸਮਝੀ, ਹੁਣ ਬ੍ਰੇਕ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਮੈਂ ਹੋਲਡ ਕਰ ਲੂੰਗਾ ਅਤੇ ਬ੍ਰੇਕ ਤੋਂ ਬਾਅਦ ਕਾਲਾਂ ਕਰਾਂਗੇ। ਵਿਸ਼ਾ ਅੱਜ ਦਾ ਵੀ ਇੱਕ ਇਉਂ ਕਹਿ ਲਓ ਵੀ ਸੱਚੀਆਂ, ਮੈਨੂੰ ਦੋ ਬੰਦੇ ਮਿਲੇ ਸੀ ਹੁਣ ਲਾਸਟ ਵੀਕਐਂਡ 'ਤੇ ਮੈਂ ਗਿਆ ਜਦੋਂ ਫਰੈਂਜਨੋ ਸਾਈਡ ਗਏ ਸੀਗੇ ਅਤੇ ਉੱਥੇ ਦੋ ਬੰਦਿਆਂ ਦੀਆਂ ਕਹਾਣੀਆਂ ਸੁਣੀਆਂ ਅਤੇ ਫਿਰ ਮੈਂ ਇਹ ਸੋਚਿਆ ਵੀ ਇਹ ਕਹਾਣੀਆਂ ਸਿਰਫ ਦੋ ਬੰਦਿਆਂ ਦੀਆਂ ਨਹੀਂ ਹੈ, ਇਹ ਆਪਣੇ ਹਜ਼ਾਰਾਂ ਲੱਖਾਂ ਪੰਜਾਬੀਆਂ ਦੀਆਂ ਹੋ ਸਕਦੀਆਂ, ਇਹ ਕਿਉਂ ਨਾ ਸਾਡੇ ਦਰਸ਼ਕਾਂ ਦੇ ਨਾਲ ਹੀ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜਾਣ। ਸੋ ਬ੍ਰੇਕ ਤੋਂ ਬਾਅਦ ਵਿਸ਼ੇ ਵੱਲ ਜਾ ਕੇ ਤੁਹਾਡੀਆਂ ਨਾਲ ਦੀ ਨਾਲ ਕਾਲ ਲੈਣੀ ਸ਼ੁਰੂ ਕਰਾਂਗੇ। ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਅਤੇ ਫਟਾਫਟ ਨਾਲ ਦੀ ਨਾਲ ਵਿਸ਼ੇ ਵੱਲ ਜਾ ਕੇ ਨਾਲ ਦੀ ਨਾਲ ਕਾਲਾਂ ਸਿਲਸਿਲਾ ਸ਼ੁਰੂ ਕਰਾਂਗੇ। ਆਪਾਂ ਅਕਸਰ ਅੱਜ ਦੇ ਦਿਨ ਗੱਲ ਕਰੀਦੀ ਆ, ਸ਼ੁਰੂ ਤੋਂ ਚੱਲਦਾ ਆਇਆ ਜੁਗਾ ਜਗੰਤਰ ਤੋਂ ਕਿ ਵਿਆਹ ਬਹੁਤ ਜ਼ਰੂਰੀ ਚੀਜ਼ ਆ, ਹੈਗਾ ਵੀ ਆ ਵਿਆਹ, ਕਈ ਨਹੀਂ ਕਰਾਉਂਦੇ, ਕਈ ਕਰਾਉਣਾ ਨਹੀਂ ਚਾਹੁੰਦੇ, ਕਈ ਕੋਈ ਤਰੀਕੇ ਹੁੰਦੇ, ਮਤਲਬ ਅਲੱਗ ਅਲੱਗ ਚੀਜ਼ਾਂ ਹੈਗੀਆਂ ਨੇ। ਪਰ ਜਿਵੇਂ ਪਹਿਲਾਂ ਇਹ ਕਿਹਾ ਜਾਂਦਾ ਸੀ ਵਿਆਹ ਬਹੁਤ ਜ਼ਰੂਰੀ ਹੈ, ਵਿਆਹ ਬਹੁਤ ਜ਼ਰੂਰੀ ਹੈ, ਇਹ ਅਕਸਰ ਇਹੀ ਸੁਣਨ ਨੂੰ ਮਿਲਦਾ ਹੁੰਦਾ ਸੀ ਘਰੋਂ ਨਿਆਣਿਆਂ ਨੂੰ, ਵਿਆਹ ਕਰਾਓ ਜ਼ਰੂਰੀ ਹੈ, ਜਿਹੜੇ ਹੁਣ ਕਈ ਮੁੰਡੇ ਕੁੜੀਆਂ ਕਹਿੰਦੇ ਸੀ ਨਹੀਂ ਅਸੀਂ ਕਰਾਉਣਾ ਨਹੀਂ ਕਰਦੇ, ਇਹੀ ਕਹਿੰਦੇ ਹੁੰਦੇ ਸੀ ਵਿਆਹ ਜ਼ਰੂਰੀ ਹੈ, ਵਿਆਹ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ। ਚਲੋ ਵਿਆਹ ਹੋਣੇ ਸ਼ੁਰੂ ਹੋ ਗਏ, ਵਧੀਆ ਜ਼ਿੰਦਗੀਆਂ ਬਤੀਤ ਹੋਣੀਆਂ ਸ਼ੁਰੂ ਹੋ ਗਈਆਂ, ਸਾਰਾ ਕੁਝ ਬੜਾ ਵਧੀਆ ਮਾਹੌਲ ਰਹਿਣਾ ਸ਼ੁਰੂ ਹੋ ਗਿਆ। ਪਰ ਅੱਜ ਕੱਲ੍ਹ ਜਿਹੜਾ ਇਉਂ ਲੱਗਦਾ ਵੀ ਜਿਹੜਾ ਵਿਆਹ ਜ਼ਰੂਰੀ ਹੈ ਉਹ ਸ਼ਬਦ ਘੱਟ ਗਿਆ ਹੋਵੇ, ਕਿ ਤਲਾਕ ਜ਼ਰੂਰੀ ਹੈ ਜੀ ਵਿਆਹ ਤੋਂ ਬਾਅਦ। ਬਹੁਤ ਸਾਰੇ ਬੰਦੇ ਤਾਂ ਇਹੋ ਜਿਹੇ ਆ ਵੀ ਜਿੰਨੀ ਦੇਰ ਦੂਜਾ ਵਿਆਹ ਕਰਾਉਂਦੇ ਨਹੀਂ ਉਨੀ ਦੇਰ ਚੈਨ ਹੀ ਨਹੀਂ ਆਉਂਦੀ, ਪਤਾ ਨਹੀਂ ਮਿਥ ਕੇ ਆਏ ਹੁੰਦੇ, ਪਤਾ ਨਹੀਂ ਕੀ ਹੁੰਦਾ ਕੁਦਰਤੀ। ਔਰ ਇਹ ਚੀਜ਼ਾਂ ਆਮ ਦੇਖਣ ਦੇ ਵਿੱਚ ਆਈਆਂ ਕਿ ਤਲਾਕ ਦੀ ਤਾਦਾਦ ਇਧਰਲੇ ਮੁਲਕਾਂ 'ਚ ਬਹੁਤ ਵੱਧ ਗਈ। ਅਸੀਂ ਅਕਸਰ ਕਰੀਦਾ ਆਪਾਂ ਡਿਸਕਸ ਕਰਦੇ ਹੁੰਦੇ ਵੀ ਜਿਹੜੇ ਮੁੰਡੇ ਕੁੜੀਆਂ ਉੱਧਰੋਂ ਆਉਂਦੇ ਨੇ, ਆਮ ਤੌਰ 'ਤੇ ਉਹਨਾਂ ਦੀ ਪ੍ਰੋਬਲਮ ਆਉਂਦੀ, ਜੇ ਮੁੰਡਾ ਉੱਧਰੋਂ ਆਉਂਦਾ ਤਾਂ ਉਹ ਗ੍ਰੀਨ ਕਾਰਡ ਵਗੈਰਾ ਲੈ ਕੇ ਤਾਂ ਚੱਲਦਾ ਬਣਦਾ, ਜੇ ਕੁੜੀ ਉੱਧਰੋਂ ਆਉਂਦੀ ਹੈ ਤਾਂ ਉਹ ਆਪਣੀ ਗ੍ਰੀਨ ਕਾਰਡ ਲੈ ਕੇ ਚੱਲਦੀ ਬਣਦੀ ਹੈ, ਅਤੇ ਕਈ ਇਸ ਤੱਕ ਪਹੁੰਚਦੇ ਨਹੀਂ, ਪਹਿਲਾਂ ਹੀ ਚੱਲਦੇ ਬਣਦੇ, ਜਿਹੜਾ ਵਿਸ਼ਾ ਪਿੱਛੇ ਜੇ ਕੀਤਾ ਸੀਗਾ ਅਸ਼ਮਤਾ ਨੇ। ਸੋ ਚੱਲਦੇ ਬਣਦੇ ਤਲਾਕ ਇਹ ਹੋ ਜਾਂਦੇ ਜੀ ਬਹੁਤ ਛੇਤੀ, ਤਲਾਕ ਫਟਾਫਟ, ਕਈ ਤਾਂ ਮਿਥ ਕੇ ਹੀ ਹੁੰਦੇ ਵੀ ਚੱਲ ਇੱਕ ਵਾਰੀ ਮਾੜਾ ਜਿਹਾ ਕੰਮ ਬਣਨ ਦੇ, ਮਾੜਾ ਪੈਰ ਲੱਗਣ ਦੇ, ਤਾਂ ਉਦੋਂ ਬਾਅਦ ਚੱਕਦੇ, ਬਟ ਪਹਿਲਾਂ ਹੀ ਸੋਚਿਆ ਹੁੰਦਾ। ਉਹ ਤੋਂ ਇਲਾਵਾ ਇੱਕ ਵੈਸੇ ਤਲਾਕ ਹੁੰਦੇ ਜਿਹੜੇ ਘਰਾਂ ਦੇ ਵਿੱਚ ਬਹੁਤ ਛੇਤੀ ਤਲਾਕ ਹੋ ਜਾਂਦੇ ਨੇ, ਵਿਆਹ ਹੋਇਆ ਹੁੰਦਾ, ਹਾਲਾਂਕਿ ਲਵ ਮੈਰਿਜ ਹੁੰਦੀ ਆ, ਲਵ ਮੈਰਿਜ ਹੁੰਦੀ ਹੈ ਤਾਂ 3 ਕੁ ਮਹੀਨਿਆਂ ਬਾਅਦ ਹੀ ਬੰਦਾ ਜਦੋਂ ਪਤਾ ਲੈਣ ਜਾਂਦਾ ਵੀ ਹੋਰ ਬਹੂ ਨਹੀਂ ਦੱਸਦੀ ਭਾਈ, ਉਹ ਤਾਂ ਕਹਿੰਦੇ ਤਲਾਕ ਹੋ ਗਿਆ, ਉਹ ਤਲਾਕ ਕਿਹੜੇ ਵੇਲੇ ਹੋ ਗਿਆ, ਹੁਣ ਤਾਂ ਵਿਆਹ ਹੋਇਆ। ਮਤਲਬ ਇਹ ਕਿ ਪਹਿਲਾਂ ਲੜਾਈਆਂ ਪਹਿਲਾਂ ਵੀ ਹੁੰਦੀਆਂ ਸੀ ਬਹੁਤ, ਮੀਆਂ ਬੀਵੀ ਲੜਾਈ ਸ਼ੁਰੂ ਤੋਂ ਹੁੰਦੀ ਆਈ ਹੋਏਗੀ, ਪਰ ਕਦੇ ਲੜਾਈ ਦੇ ਵਿੱਚ ਇਹ ਨਹੀਂ ਸੁਣਿਆ ਸੀਗਾ ਵੀ ਜਾਂ ਮੈਨੂੰ ਨਹੀਂ ਪਤਾ ਮੈਨੂੰ ਤਲਾਕ ਦੇ ਦੇ। ਹੁਣ ਮਹੀਨੇ ਬਾਅਦ ਵੀ ਜੇ ਵਿਆਹ ਤੋਂ ਲੜਾਈ ਹੁੰਦੀ ਹੈ ਤਾਂ ਪਹਿਲੇ ਲਫ਼ਜ਼ ਨੂੰ ਮੈਨੂੰ ਪਤਾ ਮੈਂ ਤਲਾਕ ਦੇ, ਮੈਂ ਤਾਂ ਅੱਡ ਰਹਿਣਾ, ਇਹ ਹਾਲ ਆ। ਹੁਣ ਇੱਕ ਸਾਡੇ ਹੈਗੇ ਨੇ ਦੋਸਤੋ, ਵੀਡੀਓਗ੍ਰਾਫੀ ਦਾ ਕੰਮ ਕਰਦੇ, ਫੋਟੋ ਦਾ ਕੰਮ ਕਰਦੇ ਆ, ਉਹ ਕਹਿੰਦਾ ਜੀ ਅਸੀਂ ਵਿਆਹਾਂ ਦੇ ਪੈਸੇ ਹੁਣ ਐਡਵਾਂਸ ਲੈਣੇ ਸ਼ੁਰੂ ਕਰਤੇ। ਮੈਂ ਹੁਣ ਕਿਹਾ ਵਿਆਹ ਇੱਕ ਹੈਗਾ ਯਾਰ ਸਾਡੇ ਦੋਸਤ ਮਿੱਤਰ ਦਾ, ਵੀ ਤੂੰ ਕਵਰ ਕਰਦੇ, ਤੂੰ ਆਪਣਾ ਦੱਸ ਕੀ ਭਾਅ ਪਤਾ ਲਏਗਾ ਇੱਥੇ। ਉਹ ਕਹਿੰਦਾ ਭਾਅ ਜੀ ਬਾਕੀ ਤਾਂ ਪੈਸੇ ਚਲੋ ਵੱਧ ਕਰ ਲਿਓ ਘੱਟ ਕਰ ਲਿਓ, ਪੈਸੇ ਹੀ ਐਡਵਾਂਸ ਲੈਣੇ ਸ਼ੁਰੂ ਕਰਤੇ। ਮੈਂ ਕਿਹਾ ਵੀ ਕਿਉਂ ਯਾਰ ਐਡਵਾਂਸ ਲੈਣੇ ਸ਼ੁਰੂ ਕਰਤੇ? ਉਹ ਕਹਿੰਦਾ ਵੀ 3-4 ਕੇਸ ਇਹੋ ਜਿਹੇ ਹੋ ਗਏ ਵੀ ਵਿਆਹ ਤਾਂ ਕੀਤਾ, ਅਸੀਂ ਵੀਡੀਓ ਬਣਾਈ, ਅਸੀਂ ਫੋਟੋਆਂ ਖਿੱਚੀਆਂ, ਪੁੱਠੇ ਸਿੱਧੇ ਹੋ ਕੇ ਸਾਰਾ ਕੁਛ ਕਰਕੇ ਲਾ ਕੇ ਟਰਾਲੀਆਂ ਡੇਵੋ ਟਰੈਕ ਟਰਾਲੀਆਂ ਜਾ ਕੇ ਜਿੰਮੀ ਜੱਪਾ ਲਾ ਕੇ ਅਤੇ ਵੀਡੀਓ ਬਣਾਈਆਂ, ਤਾਂ ਜਦੋਂ ਵੀਡੀਓ ਤਿਆਰ ਹੋ ਜਾਂਦੀ ਮਹੀਨੇ ਕੁ ਬਾਅਦ ਪੈਸੇ ਲੈਣ ਜਾਈਦਾ ਜੀ, ਤੁਹਾਡੀ ਵੀਡੀਓ ਤਿਆਰ ਹੋ ਗਈ ਆ, ਫੋਨ ਕਰੀਦਾ ਵੀ ਵੀਡੀਓ ਆ ਕੇ ਆਪਣੇ ਸਮਾਨ ਲੈ ਜਾਓ ਅਤੇ ਮੈਨੂੰ ਸਾਡੇ ਪੈਸੇ ਦੇ ਦਿਓ, ਅਤੇ ਅੱਗਿਓਂ ਇਹੀ ਸੁਣਨ ਨੂੰ ਮਿਲਦਾ ਉਹ ਤਾਂ ਤਲਾਕ ਵੀ ਹੋ ਗਿਆ। ਚਲੋ ਇਹ ਵੀ ਇੱਕ ਅਲੱਗ ਟਰੈਕ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਹੋ ਰਹੇ ਨੇ। ਆਪਾਂ ਜਿਹੜੀ ਗੱਲ ਕਰਨੀ ਆ, ਆਪਾਂ ਗੱਲ ਇਹ ਕਰਨੀ ਆ ਵੀ ਦੋ ਤਿੰਨ ਬੰਦੇ ਇਹੋ ਜਿਹੇ ਮਿਲੇ ਜਿਨ੍ਹਾਂ ਦਾ ਤਲਾਕ ਉਸ ਸਮੇਂ ਹੋਇਆ ਜਦੋਂ ਤਲਾਕ ਦਾ ਸੋਚ ਵੀ ਨਹੀਂ ਸਕਦਾ ਬੰਦਾ ਵੀ ਛੱਡੋ ਯਾਰ ਹੁਣ ਤਾਂ ਕਿਹੜਾ, ਹੁਣ ਗਾਹਾਂ ਜਾ ਕੇ ਹੁਣ ਰੱਬ ਕੋਲ ਜਾ ਕੇ ਹੁਣ ਕੀ ਜਵਾਬ ਦੇਣਾ। ਉਸ ਸਮੇਂ ਦੀ ਗੱਲ ਕਰਦਾ ਮੈਂ, ਇੱਕ ਤਾਂ ਬੰਦਾ ਹੋਏਗਾ ਕੋਈ ਲਗਭਗ 70 ਕੁ ਸਾਲ ਦਾ ਹੋਏਗਾ, ਜਿਹਦੇ ਮੁੰਡੇ ਕੁੜੀਆਂ ਬਿਲਕੁਲ ਸੈੱਟ ਆ, ਵੈਲ ਸੈਟਲਡ। ਉਹ ਕਹਿੰਦਾ ਜੀ ਮੇਰਾ $1 million ਦਾ ਘਰ ਸੀਗਾ, ਉਹ ਮੈਂ ਘਰ ਨੂੰ ਦੇ ਦਿੱਤਾ, ਤੁਹਾਨੂੰ ਕਿਹਾ ਭਾਈ ਮੇਰਾ ਕਿਹੜਾ ਛੱਡ ਦਿੱਤਾ। ਉਹ ਹੈਗੀ ਖੁਸ਼, ਕਾਰਨ ਪੁੱਛਿਆ ਉਹਨੂੰ, ਕਹਿੰਦਾ ਬਈ ਕਾਰਨ ਮੈਨੂੰ ਵੀ ਨਹੀਂ ਪਤਾ। ਮੈਂ ਕਿਹਾ ਕੋਈ ਤਾਂ ਕਾਰਨ ਹੋਊਗਾ ਯਾਰ, ਨਿਆਣੇ ਸੈਟਲ ਹੋ ਗਏ, ਸਭ ਕੁਛ ਹੋ ਗਿਆ, ਹੁਣ ਤਾਂ ਇਸ ਉਮਰ ਤਾਂ ਬੰਦਾ ਵੈਸੇ ਹੀ ਇੱਕ ਦੂਜੇ 'ਤੇ ਡਿਪੈਂਡੈਂਟ ਹੁੰਦਾ, 45-50 ਸਾਲ ਤੋਂ ਬਾਅਦ ਇੱਕ ਦੂਜੇ 'ਤੇ ਡਿਪੈਂਡੈਂਟ ਹੁੰਦਾ, ਇੱਕ ਦੂਜੇ ਨੂੰ ਗੱਲਬਾਤ ਕਰਨ ਨੂੰ, ਨਿਆਣੇ ਕਰਦੇ ਨਹੀਂ ਗੱਲ, ਨਿਆਣੇ ਦੇ ਗਾਂ ਨਿਆਣੇ ਹੋਏ ਤਾਂ ਨਿਆਣੇ ਗੱਲ ਕਰਦੇ ਨਹੀਂ ਹੈਗੇ ਬੈਠ ਕੇ। ਉਹ ਕਹਿੰਦਾ ਵੀ ਯਾਰ ਹਾਂ ਗੱਲ ਮੈਨੂੰ ਸਮਝ ਨਹੀਂ ਆਈ ਕੀ ਹੋਈ ਕੀ ਨਹੀਂ ਹੋਈ। ਅਤੇ ਇੱਕ ਹੋਰ 55-56 ਸਾਲ ਦੇ ਬੰਦੇ ਹੈਗੇ ਨੇ, ਬਹੁਤ ਵੱਡੇ ਬਿਜ਼ਨਸਮੈਨ ਕਹਿ ਸਕਦੇ, ਬਹੁਤ ਵੱਡੇ ਬਿਜ਼ਨਸਮੈਨ।
ਉਹਨਾਂ ਦਾ ਵੀ ਜਾ ਕੇ 55-56 ਸਾਲ ਦੀ ਉਮਰ ਤਲਾਕ ਹੋ ਗਿਆ। ਨਿਆਣੇ ਸੈੱਟ, ਨਿਆਣੇ ਵੱਡੇ ਹੈਗੇ ਆ। ਔਰ ਕਾਰਨ ਜਦੋਂ ਪੁੱਛਦੇ ਹਾਂ, ਚਾਹੇ ਉਹ ਘਰ ਵਾਲੀ ਨੂੰ ਪੁੱਛਦੇ ਹਾਂ, ਚਾਹੇ ਉਹਨੂੰ ਪੁੱਛਦੇ ਬੰਦੇ ਨੂੰ ਪੁੱਛਦੇ ਹਾਂ, ਜੇ ਉਹਦਾ ਘਰ ਦਾ ਜਵਾਬ ਇਹੀ ਹੁੰਦਾ, ਮੈਨੂੰ ਪੁੱਛਦੇ ਨਹੀਂ ਚੱਜ ਨਾਲ, ਮੇਰਾ ਧਿਆਨ ਨਹੀਂ ਰੱਖਦੇ, ਮੈਨੂੰ ਪਿਆਰ ਨਹੀਂ ਕਰਦੇ। ਇੱਕ ਤਾਂ ਇਹ ਕਾਰਨ ਹੁੰਦਾ। ਦੂਜਾ ਕਾਰਨ ਇਹ ਸਾਹਮਣੇ ਆਉਂਦਾ ਘਰ ਵਾਲੀਆਂ ਦੀ ਜਿਹੜੀ ਪ੍ਰੋਬਲਮ ਇਹ ਹੈ, ਪਤਨੀਆਂ ਦੀ ਪ੍ਰੋਬਲਮ ਇਹ ਆਉਂਦੀ ਹੈ ਜੀ, ਇਹ ਇਹਦਾ ਤਾਂ ਕਿਸੇ ਹੋਰ ਚੱਕਰ ਆ, ਉੱਥੇ ਵਿਆਹ ਕਰਾਉਣਾ ਚਾਹੁੰਦਾ ਇਹ। ਪਰ ਇਹ ਸੋਚਣ ਵਾਲੀ ਗੱਲ ਇਹ, ਵੱਡੀ ਉਮਰ ਦੇ ਵਿੱਚ ਆ ਕੇ ਇਹ ਨੌਬਤਾਂ ਕਿਉਂ ਆਉਂਦੀਆਂ ਨੇ, ਕੀ ਕਾਰਨ ਹੋ ਸਕਦੇ, ਕੀ ਇਹਦੇ ਹੱਲ ਆ, ਇਹ ਆਪਾਂ ਤੁਹਾਡੀਆਂ ਕਾਲਾਂ ਫਟਾਫਟ ਲੈ ਕੇ ਗੱਲਬਾਤ ਸ਼ੁਰੂ ਕਰਦੇ ਹਾਂ। ਵੱਡੀ ਉਮਰ ਦੇ ਤਲਾਕ ਬਾਹਰਲੇ ਮੁਲਕਾਂ ਦੇ ਵਿੱਚ, ਜਿਨ੍ਹਾਂ ਦੀ ਗਿਣਤੀ ਧੜਾ ਧੜ ਵੱਧ ਰਹੀ ਹੈ, ਕੀ ਕਾਰਨ ਰਹੇ ਹੋਣਗੇ ਅਤੇ ਕੀ ਹੱਲ ਹੈਗੇ? ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ ਜੀ। 530 ਏਰੀਆ ਕੋਡ 530। ਹੈਲੋ ਹੈਲੋ, ਚਲੋ ਦੁਬਾਰਾ ਤੁਹਾਡੀ ਕਾਲ ਲੈਂਦਾ ਜੀ, ਮੈਂ ਹੋਲਡ ਕਰ ਦਿੰਦਾ, ਅਗਲੀ ਕਾਲ ਆਪਾਂ ਲੈ ਲੈਂਦੇ ਫਟਾਫਟ। ਹੈਲੋ 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 ਜੀ, ਹਾਂਜੀ ਹਾਂਜੀ, ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਉਹ ਫਿਰ ਕਈ ਵਾਰੀ ਨਾ ਥੋੜ੍ਹੀ ਜਿਹੀ ਡਿਲੇ ਹੈਗੀ ਕਰਕੇ, ਤੋ ਲੱਗਦਾ ਮੈਂ ਕਿਹਾ ਡਿਲੇ ਹੈਗੀ ਕਰਕੇ ਸਾਡੇ ਦਰਸ਼ਕਾਂ ਨੂੰ ਲੱਗਦਾ ਵੀ ਅਜੇ ਕਾਲਾਂ ਸ਼ੁਰੂ ਨਹੀਂ ਕੀਤੀਆਂ, ਸੋ ਹੁਣ ਉਹ ਪਹਿਲੀ ਮਤਲਬ ਚੱਕੀ ਨਹੀਂ ਉਹਨਾਂ ਨੇ। ਹਾਂਜੀ, ਹੁਣ ਤੁਸੀਂ ਦੱਸੋ, ਹਾਂਜੀ ਕੀ ਕਹਿਣਾ ਚਾਹੁੰਦੇ? ਜਿੱਦਾਂ ਪਲਾਟਾਂ ਦੇ ਕਹਿੰਦੇ ਕੇਸ ਚੱਲਦੇ ਹੁੰਦੇ ਸੀ, ਜਾਂ ਉਹ ਜ਼ਮੀਨਾਂ ਦੇ, ਹੁਣ ਕਹਿੰਦੇ ਤਲਾਕਾਂ ਦੇ ਜ਼ਿਆਦਾ ਚੱਲਦੇ ਆ ਜੀ। ਏਦਾਂ ਜੀ, ਇੱਕ ਤਲਾਕਾਂ ਦੇ ਕੇਸ ਤਾਂ ਸੁਰਿੰਦਰ ਸਿੰਘ ਜੀ ਅਲੱਗ ਗੱਲ ਹੈ, ਵੱਡੀ ਉਮਰ 'ਚ ਜਦੋਂ ਤਲਾਕ ਦੀ ਕੋਈ ਨੌਬਤ ਹੀ ਨਹੀਂ, ਕੋਈ ਲੈਣ ਦੇਣ ਹੀ ਨਹੀਂ ਹੈਗਾ, ਉਦੋਂ ਤਲਾਕ ਹੋ ਰਹੇ ਨੇ, ਉਹਨਾਂ ਦਾ ਕੀ ਕਾਰਨ ਦਾ ਕੀ ਹੱਲ ਹੈ? ਪਤਾ ਨਹੀਂ ਆ, ਸਾਡੇ ਦੋ ਭੈਣਾਂ ਦੇ ਹੋਏ ਆ, ਸਾਡੇ ਤੋਂ ਵੱਡੀਆਂ ਆ, ਸਾਡੇ ਚਾਚੇ ਤਾਇਆਂ ਦੀਆਂ ਧੀਆਂ ਆ, ਦੋਹਾਂ ਦੇ ਹੋ ਗਏ ਬੱਚੇ ਵਿਆਹੁਣ ਵਾਲੇ ਆ, ਇੱਕ ਉਹ ਮੁੰਡਾ ਭਾਈ ਕੋਲ ਚਲੇ ਗਿਆ, ਇੱਕ ਭੈਣ ਕੋਲ ਆ ਗਿਆ, ਏਦਾਂ ਦੋ ਸਾਡੇ ਆ ਘਰਾਂ 'ਚ ਹੋ ਗਏ। ਸਾਡੀਆਂ ਭੈਣਾਂ ਕਿੰਨੀ ਕਿੰਨੀ ਉਮਰ ਸੀ ਉਹਨਾਂ ਦੀ? ਆਈਡੀਆ ਤਾਂ ਉਹ 65 ਸਾਲ ਦੀਆਂ ਹੋਈਆਂ ਜੀ। ਤੇ ਫਿਰ ਕੀ ਕਾਰਨ ਹੈ? ਹੁਣ ਤੁਹਾਡੇ ਤਾਂ ਬਿਲਕੁਲ ਨੇੜੇ ਵਾਪਰੀ ਘਟਨਾ, ਤੁਹਾਨੂੰ ਕੀ ਕਾਰਨ ਲੱਗਦਾ? ਕਿੱਥੇ ਕਿੱਥੇ ਸਾਡਾ ਭਣੋਈਆ ਸੀਗਾ, ਉਹ ਸਿੱਖੀ ਚ ਜ਼ਿਆਦਾ ਪ੍ਰਪੱਕ ਸੀਗਾ, ਮਤਲਬ ਜ਼ਿਆਦਾ ਕਰਦਾ ਸੀ, ਆਹ ਨਾ ਚੀਜ਼ ਐ ਨੀ ਕਰਨੀ, ਉਹ ਨੀ ਕਰਨਾ, ਉਹ ਕਰਕੇ ਵੀ ਥੋੜਾ ਜਿਹਾ ਹੋ ਗਿਆ। ਤੇ ਦੂਜਾ ਕੋਈ ਪਤਾ ਨੀ ਯਾਰ ਕੀ ਚੱਕਰ ਆ, ਸਮਝ ਨੀ ਆਉਂਦੀ। ਇਸ ਉਮਰ ਤੇ ਜਾ ਕੇ ਤਾਂ ਵਿਹਲੇ ਹੁੰਦੇ ਬੰਦੇ, ਇਸ ਉਮਰ ਤੇ ਜਾ ਕੇ ਆਹ ਕੰਮ ਹੁੰਦੇ ਹੋ ਜੀ। ਇਸ ਉਮਰ ਦੇ ਵਿੱਚ ਤਾਂ ਦੋਨੋਂ ਮੀਆਂ ਬੀਬੀ ਆਰਾਮ ਨਾਲ ਜਾ ਕੇ ਗੁਰੂ ਘਰ ਚਲ ਗਏ, ਕਦੇ ਮੰਦਰ ਕੋਈ ਮੰਨਦੇ ਉੱਥੇ ਚਲ ਗਏ, ਚਰਚ ਚਲ ਗਏ, ਜਾਂ ਪਾਰਕ ਵਿੱਚ ਜਾ ਕੇ ਬੈਠ ਗਏ। ਇਹ ਹੁੰਦਾ ਤੇ ਇਸ ਉਮਰ 'ਚ ਤਲਾਕ ਹੋਣ ਲੱਗ ਪਏ, ਬਹੁਤ ਜਿਹੜੀ ਮੰਦਭਾਗੀ ਘਟਨਾ। ਜਲਦਬਾਜ਼ੀ ਵੀ ਬਹੁਤ ਆ ਗਈ, ਕੋਈ ਗੱਲ ਨੂੰ ਨਾ ਜਿੱਦ ਲੈ ਕੇ ਬਹਿ ਜਾਂਦੇ, ਉਹ ਤੋਂ ਮੁੜਦੇ ਨੀ ਪਿੱਛੇ, ਵੀ ਜਦ ਗੱਲ ਤੁਰ ਪੈਂਦੀ ਆ ਨਾ ਆਪਣੇ ਜ਼ਿਮੀਂਦਾਰਾਂ ਪਰਿਵਾਰਾਂ 'ਚ, ਇਹ ਬਹੁਤ ਪੰਗਾ ਹੈ, ਜਦੋਂ ਜਿੱਦ ਕਰ ਬਹਿੰਦੇ ਫਿਰ ਮੁੜਦੇ ਹੀ ਨੀ ਪਿੱਛੇ। ਹਾਂ ਜੇ ਇੱਕ ਦੀ ਗਲਤੀ ਵੀ ਹੈ, ਜੇ ਉਹ ਸੋਰੀ ਵੀ ਕਹਿੰਦਾ ਤੇ ਉਹ ਦੂਜਾ ਬੰਦਾ ਮੰਨਦਾ ਹੀ ਨਹੀਂ ਉਹਦੀ ਸੋਰੀ। ਨਾ ਨਾ ਨਾ, ਉਹ ਨਾ ਉਹ ਸੋਰੀ ਮੰਨਦਾ, ਉਹ ਪਹਿਲੇ ਨਾ ਕਹਿੰਦਾ ਨਹੀਂ, ਉਹ ਕਹਿੰਦਾ ਵੀ ਤਾਂ ਮੂਲ ਮੰਨਦਾ ਨਹੀਂ, ਮੂਲ ਮੰਨਦਾ ਨਹੀਂ। ਚਲੋ ਹਾਂ, ਜਿਹੜਾ ਹਾਲ ਕੋਈ ਹਾਲ ਕੋਈ ਲੱਗਦਾ ਦੱਸੋ, ਫਿਰ ਆਪਾਂ ਅਗਲੀ ਕਾਲ ਲਈਏ। ਹਾਂਜੀ, ਹਾਲ ਤਾਂ ਹੁਣ ਇਹਦਾ ਕੀ ਕੀਤਾ ਜਾਵੇ ਪਤਾ ਨਹੀਂ, ਕੋਈ ਜ਼ਮਾਨੇ ਦੀ ਚਾਲ ਹੀ ਇੱਦਾਂ ਦੀ ਹੋ ਗਈ ਆ, ਕੋਲ ਪੈਸੇ ਦਾ ਵੀ ਪ੍ਰਭਾਵ ਜ਼ਿਆਦਾ ਹੋਇਆ, ਕਈਆਂ ਕਈ ਦਾ ਪੈਸੇ ਦਾ ਵੀ ਕਲੇਸ਼ ਪੈਂਦਾ ਆ, ਪਰਮਾਤਮਾ ਬਚਾ ਹੀ ਰੱਖੇ ਜੀ ਸਾਰਿਆਂ ਨੂੰ, ਤੰਦਰੁਸਤੀ ਦੇਵੇ, ਏਦਾਂ ਹੀ ਚੱਲੀ ਜਾਵੇ ਕੰਮ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਹੈਲੋ ਹੈਲੋ ਹੈਲੋ, ਪਹਿਲੀ ਕਾਲ ਫਿਰ ਚੱਕੀ ਅਤੇ ਉਹ ਫਿਰ ਨਹੀਂ ਉਹਨਾਂ ਨੇ ਗੱਲ ਸੁਣੀ, ਅਤੇ ਨਾਮ ਇਹਨਾਂ ਦਾ ਕੀ ਆ ਰਿਹਾ ਵਾ, ਸ਼ਾਇਦ ਬਹਿਸ ਕੁਛ ਆ ਰਿਹਾ ਹੈਗਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਅਜੀਤ ਸਿੰਘ ਜੀ, ਕੀ ਵਿਚਾਰ ਨੇ ਜੀ? ਵੈਸੇ ਕਹਿੰਦੇ ਮੈਂ ਹੁਣ ਪੁੱਛਦਾ ਵੀ ਤਲਾਕ ਦੇ ਕਾਰਨ ਕੀ, ਮੈਂ ਕਿਹਾ ਸਿਆਣੇ ਬੰਦੇ ਨੂੰ ਪੁੱਛਿਆ ਵੀ ਇਹ ਤਲਾਕ ਦੇ ਕਾਰਨ ਕੀ ਹੈਗੇ ਆ, ਇੰਨੇ ਜ਼ਿਆਦਾ ਤਲਾਕ ਕਿਉਂ ਆ ਗਏ? ਉਹ ਕਹਿੰਦਾ ਇੱਕੋ ਇੱਕ ਕਾਰਨ ਆ ਤਲਾਕ ਦਾ, ਉਹ ਹੈਗਾ ਵਿਆਹ, ਵਿਆਹ ਨਾ ਹੋਵੇ ਤਲਾਕ ਹੋ ਹੀ ਨਹੀਂ ਸਕਦਾ। ਲਾਲਚ
ਉਹਨਾਂ ਦੋਸਤ ਆ, ਚਾਹੇ ਉਹ ਨਾ ਜਿੱਦਾਂ ਹੁਣ ਬੱਚੇ ਆ ਹੁੰਦੇ ਆ, ਪਿਆਉਣ ਵਾਲੇ ਹੋਏ ਹੋਣ, ਸਭ ਤੋਂ ਹੋਏ ਹੋਣ, ਨਹੀਂ ਵਿਆਹੇ ਆਪਣਾ ਹੋਏ ਵੀ ਬਿਜਨਸ ਜਿਨ੍ਹਾਂ ਦੇ ਹੋਵੇ। ਪੋਤੇ ਪੋਤੀਆਂ ਹੈਗੇ ਨੇ, ਹਾਂਜੀ ਹਾਂਜੀ ਉਹ ਵੀ ਦੋਤੇ ਦੋਤੀਆਂ ਹੈਗੇ ਨੇ, ਹਾਂਜੀ ਹਾਂਜੀ ਤੇ ਕੀ ਕਾਰਨ ਕੀ ਹੱਲ ਦੱਸਦੇ ਹੋ ਤੁਸੀਂ? ਜੇ ਕੋਈ ਜਿਹਨਾਂ ਦੇ ਘਰ ਕੋਈ ਚੱਲਦਾ ਉਦੋਂ ਇਕੱਠੇ ਬੈਠੇ ਟੀਵੀ ਦੇਖਦੇ ਹੋ ਸਕਦੇ ਆ, ਉਹਨਾਂ ਨੂੰ ਕੀ ਸਲਾਹ ਕੋਈ ਦੇਣੀ ਚਾਹੁੰਦੇ ਜ਼ਰੂਰਤ ਚੰਗੀ ਜਿੰਨਾ ਇਹ ਚੀਜ਼ਾਂ ਘਟਣ ਜਾਂ ਹਟਣ? ਕੀ ਆ ਸਾਡੇ ਜੇ ਹੁਣ ਦਿਲ ਕਹਿ ਦਿਲ ਬਈ ਮਾਨ ਹੋਈ ਗਏ, ਉਸ ਤੋਂ ਬਾਅਦ ਹੋਰ ਬੰਦਾ ਕੀ ਸੁਣ ਸਕਦਾ? ਪਤਾ ਨਹੀਂ ਕੀ ਹਵਾ 'ਚ ਹੀ ਲੱਗਦਾ ਕੁਛ ਇਹੋ ਜਿਹਾ ਕੰਮ ਜਿਹੜਾ ਹਵਾ ਚ ਤੂੰ ਬੜਾ ਲਾ ਲਓ ਫੈਲਿਆ ਵੀ ਪਿਆ, ਬੜਾ ਫੈਲਿਆ ਪਿਆ ਸਾਡੇ ਦੋ ਤਿੰਨ ਤਾਂ ਹਵਾ ਕੀ ਇੱਕ ਮੇਰਾ ਦੋਸਤ ਆ, ਇੰਨਾ ਕਲੋਜ਼ ਆ ਮੇਰੇ, ਉਹਨੇ ਆਪਣੇ ਮਿਲ ਪਿਆ, ਮੈਂ ਉਹਨਾਂ ਦੇ ਨਾ ਸੋਚੇ ਕਾਫੀ ਦੇਰ ਤੋਂ ਮਿਲਦੇ ਗੱਲਦੇ ਸੀ, ਮੈਂ ਕਿਹਾ ਤੁਹਾਡੇ ਨਿਆਣੇ ਵਿਆਹੁਣ ਵਾਲੇ ਆ, ਤੁਹਾਡੀ ਇਹ ਆਏਜ ਆ ਜਾਂ ਬਈ ਹੋਰ ਤੁਹਾਡਾ ਕੀ ਪੰਗਾ? ਕਹਿੰਦਾ ਮੈਨੂੰ ਤਾਂ ਆਪ ਨੀ ਸਮਝ ਆਈ, ਕਹਿੰਦਾ ਬਸ ਕਹਿੰਦਾ ਉਹਦਾ ਭਰਾ ਆਇਆ ਸੀਗਾ, ਮੈਂ ਪਤਾ ਨੀ ਕਿਹੜਾ ਮੈਂ ਜਾਦੂ ਚਲਾ ਦਿੱਤਾ ਵੀ ਬਿਜਨਸ ਉਹਦੇ ਨਾਂ ਕਰਾ ਦਾ, ਬਾਅਦ ਚ ਕਹਿੰਦਾ ਉਦੋਂ ਹੀ ਪਤਾ ਲੱਗਾ ਜਦੋਂ ਮੁੜ ਕੇ ਜਾਓ ਤੇ ਚਲ ਗਿਆ ਬਿਜਨਸ ਚੋਂ। ਇੱਧਰ ਇੱਧਰ ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ ਨੇ, ਜਿਹੜੇ ਸਿਆਣੇ ਆ ਜਾਂ ਚਲਾਕ ਬੰਦੇ ਹੈਗੇ, ਘਰ ਵਾਲਿਆਂ ਦੀ ਗੱਲ ਕਰੀਏ ਤਾਂ ਉਹ ਆਪਦਾ ਨਾ ਜ਼ਮੀਨ ਜਾਇਦਾਦ ਦੀ ਪਹਿਲਾਂ ਕਿਸੇ ਹੋਰ ਦੇ ਨਾਲ ਕਰਾ ਦਿੰਦੇ ਆ, ਹਾਂਜੀ ਹਾਂਜੀ ਤੇ ਜਿਹੜੇ ਵਿਚਾਰੇ ਸਾਊ ਨੇ ਉਹ ਕਹਿੰਦੇ ਭਾਈ ਲੈ ਜਾ ਹੱਲ ਹੈ, ਲੈ ਜਾ ਜਿਹੜੀ ਚੀਜ਼ ਲਿਆਉਣੀ ਹੈ ਲੈ ਜਾ। ਸਾਡੇ ਵੀ ਇੱਕ ਹੈਗਾ ਕੋਠੀ ਕੋਠੀ ਮਿਲੀਅਨ ਡੇਢ ਮਿਲੀਅਨ ਦੀ ਕੋਠੀ ਸੀਗੀ ਤੇ ਉਹ ਲੈ ਗਏ, ਤੇ ਉਹ ਕਹਿੰਦਾ ਵੀ ਮੈਂ ਤਾਂ ਇਹ ਚੀਜ਼ ਦਿਮਾਗ ਦੇ ਵਿੱਚ ਬਿਠਾਈ ਹੋਈ ਆ ਵੀ ਲੈ ਗਏ ਕੋਠੀ ਸਭ ਕੁਝ ਲੈ ਗਏ, ਵੀ ਹੱਥਾਂ ਦੀਆਂ ਖੋਹ ਕੇ ਲੈ ਗਏ, ਹੱਥਾਂ ਦੇ ਵਿੱਚੋਂ ਖੋਹ ਕੇ ਲੈ ਗਏ ਨੇ, ਮੱਥੇ ਦੀਆਂ ਥੋੜ੍ਹੀ ਖੋਹ ਸਕਦੇ। ਹਾਂਜੀ ਉਹ ਮੈਂ ਤਾਂ ਹਨਾ ਉਹ ਮੈਂ ਫਰੈਂਡ ਨੂੰ ਕਿਹਾ ਮੈਂ ਤੁਹਾਡੀ ਜੋਬ ਕਰਨ ਲੱਗ ਪਿਆ, ਉਹ ਕਹਿੰਦਾ ਕੋਈ ਗੱਲ ਨੀ, ਕਹਿੰਦਾ ਅੱਗੇ ਮਨਜੀਤਿਆ ਆਪਾਂ ਸਾਰੀ ਉਮਰ ਕਮਾਏ ਆ, ਕਹਿੰਦਾ ਭੁੱਖੇ ਉਹਨੀ ਵੀ ਮਾਨਣਾ ਚਾਹੇ, ਕਹਿੰਦਾ ਮੈਂ ਕੋਈ ਸਭ ਹੋਣ ਲੱਗ ਗਿਆ, ਮੈਂ ਕਹਿੰਦਾ ਮੈਂ ਮੁੜ ਕੇ ਫੇਰ ਲਿਆ 50-55 ਸਾਲ ਦੀ ਉਮਰ ਆ, ਫਿਰ ਵੀ ਉਹ ਕਹਿੰਦਾ ਕਹਿੰਦਾ ਮੈਂ ਹੌਸਲਾ ਹੀ ਛੱਡ। ਬਹੁਤ ਕੇਸ ਵੱਧ ਰਹੇ ਨੇ ਜੀ ਇਹਨਾਂ ਦੇ ਇਸ ਉਮਰ 'ਚ। ਚਲੋ ਬਹੁਤ ਮਿਹਰਬਾਨੀ ਆਪਣਾ ਮਨਜੀਤ ਸਿੰਘ ਜੀ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਾਹ ਗਿਆਨ ਸਿੰਘ ਜੀ। ਅੱਜ ਦਾ ਵਿਸ਼ਾ ਥੋੜ੍ਹਾ ਜਿਹਾ ਖੈਰ ਤੁਹਾਡੇ ਮਤਲਬ ਅੱਜ ਕੱਲ੍ਹ ਜਿਹੜੀ ਮੈਂ ਤਿੰਨ ਕੁ ਤਾਂ ਸਾਡੇ ਜਾਣ ਪਛਾਣ ਦੇ ਹੈਗੇ ਨੇ, ਜਿਹਨਾਂ 'ਚ ਇੱਕ 70 ਸਾਲ ਦੇ ਹੈਗੇ ਨੇ, ਇੱਕ 50-55 ਦੇ, ਅਤੇ ਇੱਕ ਹੈਗੇ ਨੇ 40-45-45 ਸਾਲ ਦੇ। ਹਾਂ ਦੇਖੋ ਜੀ, ਉਮਰ ਦਾ ਨਹੀਂ ਹਿਸਾਬ, ਇੱਥੇ ਇੱਕ ਮਹਾਂਪੁਰਸ਼ ਕਥਾ ਸੁਣਾਉਂਦੇ ਹੁੰਦੇ ਆ, ਜਿੰਨੀ ਆਪਣੀ ਉਮਰ ਵੱਧਦੀ ਆ ਆਪਣੇ ਲਾਲਚ ਆਪਣੀ ਤਮਾ ਆਪਣਾ ਕਾਮ ਓਨਾ ਹੀ ਵੱਧਦਾ ਆ। ਅੱਜ ਕੱਲ੍ਹ ਕੁਛ ਸਾਲਾਂ ਤੋਂ ਹੀ 25-30 ਸਾਲਾਂ ਤੋਂ ਪਹਿਲਾਂ ਪਹਿਲਾਂ ਨਹੀਂ ਸੀ ਇੰਨਾ ਕੁਛ। ਨਹੀਂ ਮੈਂ ਦੱਸਣ ਲੱਗਾ ਤੁਹਾਨੂੰ ਵੀ ਇਹ ਉਮਰ ਦਾ ਹਿਸਾਬ ਹੀ ਨਹੀਂ ਰਹਿ ਗਿਆ। ਅੱਛਾ ਜੀ, ਉਮਰ ਦਾ ਹਿਸਾਬ ਰਹਿ ਹੀ ਨਹੀਂ ਗਿਆ। ਇੱਕ ਤਾਂ ਚਲੋ ਆਪਾਂ ਇੱਥੇ ਵੀ ਗੱਲ ਲੈ ਆਉਂਦੇ ਹਾਂ ਵੀ ਅਸੀਂ ਇਸ ਮੁਲਕ ਵਿੱਚ ਆ ਗਏ, ਇਸ ਮੁਲਕ ਦਾ ਕਲਚਰ ਆ, ਇਹਨਾਂ ਵਾਸਤੇ ਡਿਵੋਰਸ ਕਰਨਾ ਨਾ ਕਰਨਾ ਕੋਈ ਏਡੀ ਵੱਡੀ ਗੱਲ ਹੈ ਹੀ ਨਹੀਂ, ਮਾਮੂਲੀ ਗੱਲ ਆ ਜੀ, ਮਾਮੂਲੀ ਗੱਲ ਆ, ਅਸੀਂ ਉਹ ਫੋਲੋ ਕਰਦੇ ਹਾਂ। ਹਾਂ ਉਹ ਸਾਡੇ ਵਿੱਚ ਵੜ ਗਿਆ, ਜਿਹੜੇ ਸਾਡੇ ਬੱਚੇ ਸਾਡੇ ਸਿਆਣੇ ਵਿਆਣੇ ਉਹਨਾਂ ਦੀਆਂ ਜਿਹੜਾ ਨਾ ਬੱਚੇ ਪੜ੍ਹਦੇ ਉਸ ਪਾਸੇ ਤੁਰ ਪੈਂਦੇ ਆ, ਜਿਹੜੇ ਵੱਡੇ ਵੀ ਆ ਉਹ ਵੱਡਿਆਂ ਨੂੰ ਦੇਖ ਕੇ ਤੇ ਉਹ ਵੀ ਉਹਨੂੰ ਫੋਲੋ ਕਰਨ ਲੱਗ ਪੈਂਦੇ ਆ, ਮੇਨ ਕਾਰਨ ਇਹ ਹੈਗਾ। ਤੇ ਬਾਕੀ ਹੁਣ ਗੁੱਸੇ ਇੰਨੇ ਵੱਧ ਗਏ ਆ, ਭਰਮ ਇੰਨੇ ਵੱਧ ਗਏ ਆ ਕਿ ਜਿਹੜਾ ਕਿ ਬੰਦਾ ਸੋਚ ਵੀ ਨਹੀਂ ਸਕਦਾ, ਬਰਦਾਸ਼ਤ ਮਾੜੀ ਮਾੜੀ ਗੱਲ ਤੇ ਜਿਹੜੀ ਘਰ ਦੀ ਔਰਤ ਆ ਉਹ ਵੀ ਉੱਤੇ ਭਰੋਸਾ ਨਹੀਂ ਕਰੂਗੀ, ਤੂੰ ਲੇਟ ਕਿੱਦਾਂ ਹੋ ਗਿਆ, ਤੂੰ ਆਹ ਕਿੱਦਾਂ ਆਇਆ, ਉਹ ਕਿੱਦਾਂ ਕਿਉਂ ਹੋਇਆ, ਉੱਤੇ ਕਿਉਂ ਗਿਆ, ਮਤਲਬ ਬਿਲਾ ਵਜ੍ਹਾ ਭਰਮ ਹਨਾ। ਤੇ ਉਹਦਾ ਫਿਰ ਹੱਲ ਕੁਛ ਨੀ, ਫਿਰ ਉਹ ਤਕਰੀਬਨ ਨਾ ਗੁੱਸੇ ਇੰਨੇ ਵੱਧ ਜਾਂਦੇ ਆ, ਅੱਗੇ ਆਦਮੀ ਵੀ ਭਾਵੇਂ ਜੇ ਸੱਚਾ ਵੀ ਹੁੰਦਾ ਤਾਂ ਗੁੱਸਾ ਆ ਹੀ ਜਾਂਦਾ, ਉਹ ਫਿਰ ਗੱਲ ਇੰਨੀ ਵੱਧ ਜਾਂਦੀ ਕਿ ਉਹ ਬਸ ਤਲਾਕ ਤੇ ਗੱਲ ਪਹੁੰਚ ਜਾਂਦੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਗਿਆਨ ਸਿੰਘ ਜੀ। ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਲੈਣੀ ਪਏਗੀ, ਹਾਲਾਂਕਿ ਗੱਲ ਸ਼ਾਇਦ ਹੋਰ ਕਰਨੀ ਚਾਹੁੰਦੇ ਸੀਗੇ ਗਿਆਨ ਸਿੰਘ ਜੀ, ਪਰ ਬ੍ਰੇਕ ਤੇ ਹੋ ਗਈ ਹੈ। ਪਰ ਇਹ ਚੀਜ਼ ਵਾਕਿਆ ਹੈ ਤਾਂ ਚਿੰਤਾ ਵਾਲਾ ਵਿਸ਼ਾ, ਮੰਨੀਏ ਨਾ ਮੰਨੀਏ, ਕਿ ਇਸ ਉਮਰ 'ਚ ਆ ਕੇ ਜਿੱਥੇ ਰਾਮ ਰਾਮ ਕਰਨ ਦੀ ਉਮਰ ਹੁੰਦੀ ਹੈ, ਪਰਮਾਤਮਾ ਦਾ ਨਾਮ ਲੈਣ ਦੀ ਉਮਰ ਹੁੰਦੀ ਹੈ, ਵਧੀਆ ਮਤਲਬ ਟਾਈਮ ਵਧੀਆ ਪਾਸ ਕਰਨ ਦੀ ਉਮਰ ਹੁੰਦੀ, ਬੰਦਾ ਫਰੀ ਹੁੰਦਾ ਤਕਰੀਬਨ ਕੰਮਾਂ ਕਾਰਾਂ ਤੋਂ ਬਾਹਲੀ ਥੋੜ੍ਹੀ ਆਰਾਮ ਮਿਲਿਆ ਹੁੰਦਾ, ਤਾਂ ਚਲੋ ਚਾਹੇ ਆਪਾਂ ਕਿਤੇ ਘੁੰਮ ਫਿਰ ਆਈਏ ਚਾਹੇ ਕਿਤੇ ਇਹ ਕਰੀਏ। ਪਰ ਇਹ ਅੱਜ ਕੱਲ੍ਹ ਜਿਹੜਾ ਬਾਹਰਲੇ ਮੁਲਕਾਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਇਹ ਰੁਝਾਨ ਨਹੀਂ ਹੈ ਮੈਂ ਸਮਝਦਾ, ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਅਮਰੀਕਾ ਦੇ ਵਿੱਚ ਦੇਖਿਆ, ਇੱਥੇ ਤਾਂ ਬਹੁਤ ਜ਼ਿਆਦਾ ਵਧੀਆ ਹੈ। ਤੁਹਾਡੇ ਕੀ ਵਿਚਾਰ ਨੇ? ਬ੍ਰੇਕ ਤੋਂ ਬਾਅਦ ਤੁਹਾਡੇ ਵਿਚਾਰ ਲਵਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਬਹੁਤ ਕਾਲਾਂ ਧੜਾ ਧੜ ਤੁਹਾਡੀਆਂ ਫਲੈਸ਼ ਕਰ ਰਹੀਆਂ ਨੇ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੱਗੀ, ਕੀ ਹਾਲ ਆ? ਵਾਹ ਜੀ ਵਾਹ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ ਜੀ? ਮੈਂ ਗਈ ਹੋਈ ਸੀ ਕਿਤੇ 1 ਵੀਕ ਵਾਸਤੇ, 10 ਦਿਨ। ਅੱਛਾ ਜੀ। ਮੈਂ ਕਿਹਾ ਕਾਲ ਨਹੀਂ ਕਰ ਹੋਈ, ਮੈਂ ਕਿਹਾ ਜੱਗੀ ਨਾਲ ਜ਼ਰੂਰ ਗੱਲ ਕਰਨੀ। ਕੋਈ ਨਹੀਂ ਜੀ, ਬਹੁਤ ਮਿਹਰਬਾਨੀ। ਡਿਵੋਰਸ ਤਾਂ ਹਾਂਜੀ ਡਿਵੋਰਸ ਤਾਂ ਇੰਡੀਅਨ ਜਿਹੜੇ ਆ ਹੁਣ ਗੋਰੇ ਬਣੇ ਬਣਦੇ ਆ ਨਾ, ਰੀਸਾਂ ਕਰਦੇ ਆ, ਇਸ ਪੱਖ 'ਚ ਗੋਰੇ ਬਣਦੇ, ਹੋਰ ਪੱਖਾਂ 'ਚ ਨਹੀਂ ਬਣਦੇ। ਗਲਤ ਗੱਲ ਆ ਹਨਾ, ਨਿਆਣੇ ਵਿਆਹ ਲਈਏ, ਸਾਰੀ ਉਮਰ ਨਹੀਂ, ਮੇਰਾ ਇਹ ਸੁਣੀ ਨੀ ਬੰਦੇ ਨੇ ਗੱਲ, ਮੈਂ ਹੁਣ ਡਿਵੋਰਸ ਕਰਾ ਲਿਆ। ਅੱਛਾ, ਪਹਿਲਾਂ ਨਾ ਪਹਿਲਾਂ ਜੇ ਡਿਵੋਰਸ ਲੈਣਾ ਵੀ ਹੁੰਦਾ ਸੀ ਤਾਂ ਬੰਦਾ ਪਹਿਲਾਂ ਕਹਿਣਾ ਵੀ ਮੈਂ ਤੇਰੇ ਤੋਂ, ਮੈਂ ਤੇਰੇ ਵਰਗੇ ਬੰਦੇ ਨਾਲ 1 ਮਿੰਟ ਨਾ ਰਵਾਂ, ਮੈਂ ਕਹਿੰਦੀ ਗੱਲ ਕਰ, ਨਿਆਣੇ ਛੋਟੇ ਆ। ਚਲੋ ਫਿਰ ਉਹਦੇ, ਮੈਂ ਤੇਰੇ ਵਰਗੇ ਬੰਦੇ ਨਾਲ 1 ਮਿੰਟ ਨਾ ਰਵਾਂ, ਗੱਲ ਕਰ ਵੀ, ਮੈਂ ਸੋਚਾਂ ਨਿਆਣੇ ਵਿਆਹ ਲਿਆ, ਫਿਰ ਨਿਆਣੇ ਵਿਆਹ ਜਾਂਦੇ ਬੰਦਾ ਕਹਿੰਦਾ ਵੀ ਨਹੀਂ, ਹੁਣ ਤਾਂ ਵਿਆਹ ਕੇ ਕਰਾਉਂਦੇ ਨੇ, ਬੰਦਾ ਕਹਿੰਦਾ ਵੀ ਨਿਆਣੇ ਵਿਆਹ ਵਿਆਹ ਗਏ। ਹਾਂਜੀ, ਚਲੋ ਮਿਹਰਬਾਨੀ ਜੀ। ਨਿਆਣਿਆਂ ਦੇ ਤਾਂ ਚਲੋ, ਬੱਚਿਆਂ ਦੇ ਤਾਂ ਬਹੁਤ ਹੁੰਦੇ, ਸੁਣੀ ਦੇ ਆ, ਮੈਨੂੰ ਇਹ ਲੱਗਦਾ ਜੀ, ਜਿੰਨੇ ਕੁ ਬੰਦਿਆਂ ਨੂੰ ਮੈਂ ਮਿਲਿਆ ਵੀ ਨਿਆਣੇ ਜਿਹੜੇ ਉਹ ਸਿਆਣੇ ਹੋ ਗਏ, ਤਾਂ ਸਿਆਣੇ ਜਿਹੜੇ ਉਹ ਨਿਆਣੇ ਹੋ ਗਏ ਹੁਣ। ਹਾਂਜੀ ਹਾਂਜੀ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਬਾਈ। ਹੈਲੋ, ਹਾਂਜੀ ਹੈਲੋ ਬਾਈ, ਜੱਗੀ ਸਾਹਿਬ। ਹਾਂਜੀ ਹਾਂਜੀ, ਅੱਜ ਬੜੀ ਤਲਾਕਾਂ ਦੇ ਲੈਂਦਾ, ਤਲਾਕ ਹੈ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ? ਵੀ ਗੱਲ ਸੁਣ, ਤਲਾਕ ਅੱਗੇ ਪੁਰਾਣੇ ਸਮੇਂ 'ਚ ਕਿਸੇ ਦਾ ਤਲਾਕ ਨੀ ਸੀ ਹੁੰਦਾ ਹਨਾ, ਤੇ ਫੇਰ ਜੇ ਕਿਸੇ ਦੀ ਕੁੜੀ ਦਾ ਘਰ ਵਾਲਾ ਮਰ ਗਿਆ ਤਾਂ ਵੀ ਸਦਾ ਦੂਜਾ ਵਿਆਹ ਕਰਦੇ, ਤੇ ਹੁਣ ਤਾਂ ਭਾਈ ਕੋਈ, ਤੇ ਹੁਣ ਤਲਾਕ ਤੇ ਬੜੇ ਸੋਹਣੇ ਲੱਗਦੇ, ਬੜੇ ਸਵਾਣੇ ਲੱਗਦੇ, ਤੇ ਪਰ ਬੁੱਢਿਆਂ ਨੂੰ 90-90 ਸਾਲ ਦਾ ਕੀ ਲੋੜ ਪਈ ਹੈ ਤਲਾਕ ਦੇ ਕੇ ਵਿਆਹ ਕਰਾਉਣ ਦੀ? ਵੈਸੇ ਮੈਂ ਕਿਹਾ ਵੀ ਚਲੋ, ਪੜ੍ਹਨ ਵੇਲੇ ਪੜ੍ਹਨਾ ਹੋਵੇ ਕੁਛ, ਫੇਰ ਜ਼ਰੂਰੀ ਹੁੰਦੀਆਂ, ਦੂਰੋਂ ਮੈਨੂੰ ਸਹੀ ਦਿੰਦਾ। ਨਹੀਂ ਨਹੀਂ, ਆਪਾਂ ਪੜ੍ਹਨ ਵੇਲੇ ਵੀ ਲਾ ਲੈਂਦੇ ਹਾਂ, ਅਤੇ ਜਾਂ ਆਪਾਂ ਜੇ ਕੋਈ ਸੂਰਜ ਵੱਜਦਾ ਹੋਵੇ ਜਾਂ ਕੋਈ ਧੁੱਪ ਵੱਜਦੀ ਹੋਵੇ ਅਤੇ ਸੂਰਜ ਚਾਨਣ ਵੱਜਦਾ, ਉਸਦੇ ਉੱਪਰ ਲਾ ਲੈਂਦੇ ਜੀ ਸਾਹਿਬ, ਹੈ ਨਾ ਜੀ? ਮਿਹਰਬਾਨੀ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਮੈਂ, ਤੁਸੀਂ ਕੌਣ ਬੋਲਦੇ? ਪਹਿਲਾਂ ਨਾਮ ਦੱਸ ਦਿਓ ਆਪਣਾ, ਕਿੱਥੋਂ ਬੋਲਦੇ? ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ। ਇੱਕ ਕਾਲ ਹੋਰ ਲੈ ਕੇ ਬ੍ਰੇਕ ਲੈ ਲੈਣੇ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਸਰ। ਮੈਂ ਗੁਰਦੀਪ ਸੰਦਰ ਜੀ। ਜੀ ਸੰਦਰ ਸਾਹਿਬ, ਕੀ ਵਿਚਾਰ ਨੇ? ਇਹ ਬਹੁਤ ਮੇਰੇ ਖਿਆਲ ਤੁਹਾਡੇ ਆਲੇ ਦੁਆਲੇ ਵੀ ਵਾਪਰਦਾ ਹੋ ਸਕਦਾ ਇਹੋ ਜਿਹਾ ਕੰਮ? ਹਾਂਜੀ, ਸਾਡੀ ਸਟੇਟ 'ਚ ਸਭ ਨਾਲੋਂ ਜ਼ਿਆਦਾ ਜੀ, ਓਕਲਾਹੋਮਾ 'ਚ। ਅੱਛਾ, ਇਹ ਸਾਰੇ ਹੀ ਹੈ ਅਤੇ ਇੱਦਾਂ ਬਈ, ਇੱਥੇ ਇੱਕ ਇਹੀ ਦੇਸ਼ ਹੈ ਜਿੱਥੇ ਆ ਗਿਆ ਸੀ, ਦੇਖਿਆ ਬਈ ਬੱਚੇ ਕਾਰਡ ਵੰਡਦੇ ਆਮ ਦੇਖੇ ਜਾਂਦੇ ਆ, ਵੀ ਸਾਡੇ ਮੰਮੀ ਦਾ ਵਿਆਹ ਆ, ਆਹ ਕਾਰਡ ਦੇ ਦਿੰਦੇ ਹੋ, ਦੂਜਾ ਇਹ ਹੈ ਕਿ ਡਿਪੈਂਡੈਂਟ ਨੀ ਹੈਗੀਆਂ ਘਰ ਵਾਲੀਆਂ, ਘਰ ਵਾਲੇ ਤੇ ਡਿਪੈਂਡੈਂਟ ਨੀ, ਘਰ ਵਾਲਾ ਘਰ ਵਾਲੀ ਡਿਪੈਂਡੈਂਟ ਨੀ ਹੈਗਾ। ਹਾਂ, ਇਹ ਵੀ ਕਾਰਨ ਆ, ਇਹ 6 ਕਾਰਨ ਆ, ਮੈਂ ਤੈਨੂੰ ਮੋਟੇ ਮੋਟੇ ਅੱਧੇ ਮਿੰਟ ਚ ਦੱਸ ਦਿੰਦਾ। ਜੀ ਜੀ ਪਲੀਜ਼। ਪਹਿਲਾ ਹੈਗਾ ਇਹ, ਜਿਹੜਾ ਜਿਹੜੇ ਦੇਸ਼ 'ਚ ਅਸੀਂ ਉਹਦੇ ਕਲਚਰ ਦਾ ਅਸਰ ਹੁੰਦਾ ਹੀ ਹੁੰਦਾ, ਜਿੱਦਾਂ ਅੰਗਰੇਜ਼ਾਂ ਨੇ ਸਾਡੇ ਉੱਤੇ ਰਾਜ ਕੀਤਾ ਤੇ ਅੰਗਰੇਜ਼ਾਂ ਦਾ ਅਸਰ ਸਾਡੇ ਤੇ ਰਿਹਾ। ਦੂਜਾ ਇਹਦਾ ਕਾਰਨ ਹੈ ਕਿ ਤਾਰੀਫ ਘੱਟ ਤੇ ਨੁਕਤਾਚੀਨੀ ਵੱਧ। ਕਈ ਵਾਰੀ ਘਰ ਵਾਲੀ ਰੋਟੀ ਬਣਾਉਂਦੀ ਆ, ਉਹ ਇੰਨੀ ਮਿਹਨਤ ਲਾਉਂਦੀ, ਇੰਨਾ ਕੁਛ ਕਰਦੀ ਆ, ਕਦੀ ਬੰਦੇ ਤਾਰੀਫ ਬਹੁਤ ਘੱਟ ਕਰਦੇ ਆ, ਇੰਨਾ ਤਾਂ ਯਾਰ ਕਹਿ ਦਿਓ ਵੀ ਅੱਜ ਰੋਟੀ ਬਹੁਤ ਸੋਹਣੀ ਬਣਾਈ, ਚਾਹੇ ਨਹੀਂ ਵੀ ਸੋਹਣੀ, ਅਗਲੀ ਉਤਸ਼ਾਹਤ ਹੋ ਕੇ ਦੁਬਾਰਾ ਬਣਾਊ, ਕੋਈ ਤਾਰੀਫ ਨਹੀਂ ਕਰਦੀ। ਉਹੀ ਹੈ ਵੀ ਇੱਕ ਗੱਲ ਮਾੜੀ ਜਿਹੀ ਸ਼ੁਰੂ ਹੁੰਦੀ, ਮੁੜ ਕੇ ਵੱਧਦੀ ਵੱਧਦੀ ਫਿਰ ਵੱਧ ਜਾਂਦੀ ਹੈ। ਹਾਂਜੀ, ਔਰਤ ਵੀ ਉਹਦੀ ਜਾਨੀ ਨੁਕਤਾਚੀਨੀ ਵੱਧ ਤੇ ਤਾਰੀਫ ਘੱਟ। ਤੀਜਾ ਕਾਰਨ ਹੈ
ਗਲਤੀ ਨੂੰ ਬਰਦਾਸ਼ਤ ਕਰਨ ਦਾ ਮਾਦਾ ਘਟ ਗਿਆ ਜੀ। ਜੇ ਗਲਤੀ ਔਰਤ ਤੋਂ ਹੋ ਗਈ ਤਾਂ ਬੰਦੇ ਨੇ ਨੀ ਬਰਦਾਸ਼ਤ ਕਰਨਾ, ਜੇ ਬੰਦੇ ਤੋਂ ਹੋ ਗਈ ਤਾਂ ਔਰਤ ਨੇ ਨੀ ਕਰਨਾ। ਫਿਰ ਸ਼ੱਕ, ਈਗੋ, ਹਉਮੈ ਬਹੁਤ ਹੈ, ਲਾਲਚ, ਇਹ ਕਾਰਨ ਹੈ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਹੋ ਜਸ ਪੰਜਾਬੀ। ਜੀ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੋ ਚੁੱਕਾ। ਕਾਲਰ ਜਿਹੜੇ ਲਾਈਨ 'ਚ ਹੈਗੇ ਨੇ ਉਹਨਾਂ ਕੋਲੋਂ ਮੈਂ ਹੱਥ ਜੋੜ ਕੇ ਮੁਆਫ਼ੀ ਚਾਹੁੰਦਾ। ਜ਼ਰੂਰ ਇਹੋ ਜਿਹੇ ਵਿਸ਼ੇ 'ਤੇ ਫਿਰ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਸੰਜੀਦਾ ਵਿਸ਼ਾ ਹੈਗਾ, ਬਹੁਤ ਸੋਚਣ ਵਾਲਾ ਵਿਸ਼ਾ ਹੈਗਾ। ਮੁੱਕਦੀ ਗੱਲ ਇਹ ਹੈ ਕਿ ਇਹ ਵਿਸ਼ਾ ਜਿਹੜਾ ਹੈਗਾ ਕਿਤੇ ਹਵਾ ਦੇ ਵਿੱਚੋਂ, ਪੌਣ ਪਾਣੀ ਦੇ ਵਿੱਚੋਂ ਇਹ ਨਹੀਂ ਉੱਤਰ ਕੇ ਆਉਣਾ। ਕੋਈ ਇਹੋ ਜਿਹਾ ਜਿਹੜਾ ਪੁਰਾਣਾ ਪਿਆਰ ਮੁਹੱਬਤ ਸੀਗਾ, ਮੈਂ ਤਾਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਹਿਲਾਂ ਵਰਗਾ ਸਮਾਂ ਆ ਜਾਵੇ, ਪਹਿਲਾਂ ਵਰਗਾ ਪਿਆਰ ਮੁਹੱਬਤ ਪਰਿਵਾਰਾਂ ਦੇ ਵਿੱਚ ਹੋ ਜਾਏ। ਪਰ ਇਹਦੇ ਵਾਸਤੇ ਕੋਸ਼ਿਸ਼ ਜਿਹੜੀ ਆ ਉਹ ਸਾਨੂੰ ਕਰਨੀ ਪਏਗੀ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ, ਅਤੇ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।